ਸਿੱਖਾਂ ਨੂੰ ਇਸ ਗੱਲ ਲਈ ਤਿਆਰ ਕੀਤਾ ਜਾ ਰਿਹਾ ਕਿ ਜਦੋਂ ਭਾਰਤੀ ਨਿਜ਼ਾਮ ਮੁਲਕ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਕੋਈ ਵੀ ਫੈਸਲਾ ਲਵੇ, ਤੁਸੀਂ ਬਸ ਨੀਵੀਂ ਪਾ ਕੇ ਜੈ ਹਿੰਦ ਕਿਹਾ ਕਰੋ। ਜੇ ਕਿਤੇ ਟੀਵੀ ਚੈਨਲ ਦੇ ਉੱਤੇ ਕਿਸੇ ਦੇ ਉੱਤੇ ਉਸ ਫੌਜੀ ਨੂੰ ਬਿਠਾ ਲਿਆ ਜਾਵੇ ਜਿਹਨੇ 1984 ਦੇ ਦਰਬਾਰ ਸਾਹਿਬ ਦੇ ਹਮਲੇ ਉੱਤੇ ਹਮਲੇ ਮੌਕੇ ਭਾਰਤੀ ਫੌਜ ਵੱਲੋਂ ਲੜਾਈ ਲੜੀ, ਤੇ ਦੂਜੇ ਪਾਸੇ ਕਿਸੇ ਧਰਮੀ ਫੌਜੀ ਨੂੰ ਬਿਠਾ ਲਿਆ ਜਾਵੇ ਤੇ ਉੱਥੇ ਜਿਹੜਾ ਭਾਰਤ ਮਾਤਾ ਦਾ ਲਾਲ ਆ ਨਾ ਜੀ, ਉਹਨੂੰ ਗੱਲ ਨਹੀਂ ਆਉਂਦੀ। ਕਦੇ ਪੜ੍ਹਿਓ ਬਾਤਚੀਤ ਪਰਚਾ ਜਿਹੜਾ ਫੌਜ ਦਾ, ਜਿਹਦੇ ਵਿੱਚ ਇਹ ਆਰਡਰ ਛਪਿਆ ਹੋਇਆ ਕਿ 15 ਤੋਂ 35 ਸਾਲ ਦੇ ਵਿਚਾਲੇ ਜਿਹੜੇ ਸਿੱਖ ਨੇ, ਜਿਹੜੇ ਪੀਲਾ ਪਰਨਾ ਬੰਨਦੇ ਨੇ, ਜਿਹੜੇ ਗਾਤਰੇ ਕਿਰਪਾਨ ਪਾਉਂਦੇ ਆ, ਜਿਹੜੇ ਦਾੜੇ ਕੇਸਾਂ ਵਾਲੇ ਨੇ, ਇਹਨਾਂ ਨੂੰ ਸ਼ਕਲ ਨਾ ਦੇਖੋ ਵੀ ਬੜੇ ਭੋਲੇ ਜਿਹੇ ਨੇ ਫੌਜੀਓ, ਇਹ ਬੜੇ ਖਤਰਨਾਕ ਨੇ, ਇਹ ਬੜੇ ਹਿੰਸਾ ਕਰਨ ਵਾਲੇ, ਅੱਗਾਂ ਲਾਉਣ ਵਾਲੇ, ਜੋ ਕੁਝ ਭੈੜੇ ਤੋਂ ਭੈੜਾ ਲਿਖਿਆ ਜਾ ਸਕਦਾ ਸੀ ਉਹ ਫੌਜ ਨੂੰ ਆਰਡਰ ਦੇ ਕੇ ਭੇਜਿਆ ਸੀ। ਜਿਹੜੇ ਸਿੱਖਾਂ ਦੇ ਘਰੇ ਜੰਮ ਕੇ ਕਰਨਲ ਜਨਰਲ ਫੌਜੀ ਵੱਡੇ ਲੈਪਟੈਨ ਸ਼ਪੈਨ ਬਣੇ ਫਿਰਦੇ ਸੀ, ਉਹਨਾਂ ਨੂੰ ਕਿਉਂ ਸ਼ਰਮ ਨਹੀਂ ਆਈ, ਕਿਉਂ ਉਹਨਾਂ ਦੀ ਆਤਮਾ ਨੇ ਲਾਹਣਤਾਂ ਨਹੀਂ ਪਾਈਆਂ ਕਿ ਅਸੀਂ ਆਪਦੇ ਮਾਪਿਆਂ ਨੂੰ, ਭੈਣ ਭਰਾਵਾਂ ਨੂੰ ਪਿੰਡ ਜਾ ਕੇ ਜਦੋਂ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਮੱਥਾ ਟੇਕਿਆ ਕਰਾਂਗੇ। 1947 ਤੋਂ ਭਾਰਤੀ ਹਾਕਮਾਂ ਨੇ ਇੱਕ ਇਸ ਤਰੀਕੇ ਦੀ ਕਾਰਸਤਾਨੀ ਕੀਤੀ ਕਿ ਸਿੱਖਾਂ ਨੂੰ ਘੇਰਾਬੰਦੀ ਕਰ ਲਈ ਜਾਵੇ ਤੇ ਉਹਨਾਂ ਨੂੰ ਕਿਹਾ ਜਾਵੇ ਪੰਥ, ਧਰਮ, ਧਰਮ ਸਥਾਨ ਇਹ ਸਾਰਾ ਕੁਝ ਛੱਡੋ, ਤੁਸੀਂ ਜੇਕਰ ਸਰਕਾਰ ਹੀ ਹੋ, ਜੇ ਤੁਸੀਂ ਭਾਰਤ ਸਰਕਾਰ ਦੀ ਨੌਕਰੀ ਕਰਦੇ ਹੋ, ਤੁਸੀਂ ਉਸ ਟਾਈਮ ਸਰਕਾਰ ਦਾ ਪੱਖ ਦੇਖਣਾ। ਇਸੇ ਕਰਕੇ IAS IPS 1947 ਤੋਂ ਤੁਸੀਂ ਕੋਈ ਦੇਖਿਆ ਹੋਣ ਤੀਕਰ ਜਿਹਨੇ ਪੰਥ ਜਾਂ ਪੰਜਾਬ ਦੇ ਹੱਕ ਵਿੱਚ ਕਦੇ ਹਾਅ ਦਾ ਨਾਰਾ ਮਾਰਿਆ ਹੋਵੇ। ਸ਼੍ਰੋਮਣੀ ਕਮੇਟੀ ਵਾਲਿਆਂ ਨੇ ਵੀ ਕੰਮ ਸ਼ੁਰੂ ਕੀਤਾ ਕਿ ਅਸੀਂ ਜੀ ਹੁਣ IAS IPS ਦੇ ਐਗਜ਼ਾਮ ਦਵਾਉਣ ਲਈ ਤਿਆਰੀਆਂ ਕਰਾਇਆ ਕਰਨ, ਦਵਾ ਲਓ। ਪਰ ਇਹ ਸਾਰੇ ਦੇ ਸਾਰੇ ਨੂੰ ਦੀ ਖੱਡ ਵਿੱਚ ਜਾ ਕੇ ਨੂੰ ਵੜਨਗੇ, ਇਹ ਸਾਰੇ ਜਾ ਕੇ ਭਾਰਤ ਮਾਤਾ ਦੇ ਲਾਰ ਵੜਨਗੇ। 1947 ਤੋਂ ਇੰਡੀਅਨ ਸਟੇਟ ਨੇ, ਭਾਰਤੀ ਹਕੂਮਤ ਨੇ, ਏਜੰਸੀਆਂ ਨੇ IAS IPS ਆ ਸਾਡੇ ਸਿਆਸੀ ਲੀਡਰ, ਸਿਆਸੀ ਦਲ, ਸਰਕਾਰ ਇਹ ਸਾਰੇ ਕਾਸੇ ਨੇ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਪੱਟਣ ਲਈ ਕੀ ਨਹੀਂ ਕੀਤਾ। ਜਿਹੜੇ ਇਹ ਨਾਰਾ ਲਾ ਕੇ ਝੂਠ ਬੋਲ ਕੇ ਕਿ ਸਾਨੂੰ ਤੁਸੀਂ MLA MP ਬਣਾਓ, ਅਸੀਂ ਸਿੱਖਾਂ ਦੇ ਸਾਰੇ ਮਸਲੇ ਹੱਲ ਕਰਦੇ ਹਾਂ, ਸਾਨੂੰ ਲਗਾਤਾਰ ਉੱਲੂ ਬਣਾ ਰਹੇ, ਇਹ ਸਾਰੇ ਦੇ ਸਾਰੇ ਲੋਕ ਜਿਹੜੇ ਆ ਕਿੱਥੇ ਕਿਹੜੇ ਹਿਸਾਬ ਨਾਲ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਆ ਜੀ। ਉਸ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਕਿੰਨੀ ਵਾਰ ਬੇਪੱਤ ਤੇ ਮਾੜਾ ਕੀਤਾ ਗਿਆ ਇਸ ਸਿਸਟਮ ਨੇ, ਤੇ ਅਸੀਂ ਉਸ ਸਿਸਟਮ ਨੂੰ ਮਜ਼ਬੂਤ ਕਰਦੇ ਹਾਂ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਮਾਨ ਫਤਿਹ ਅਰਜ਼ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਟਿਨ ਟਰੂਡੋ ਨੇ ਦਲਜੀਤ ਦੋਸਾਂਝ ਪੰਜਾਬੀ ਕਲਾਕਾਰ ਨੂੰ ਪੰਜਾਬ ਨਾਲ ਜੋੜ ਕੇ ਗੱਲ ਕਾਹਦੀ ਕਹੀ, ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣਾਂ ਦੇ ਦਿਲ ਦਿਮਾਗ ਸੜ ਕੇ ਸੁਭਾਹ ਹੋਏ ਪਏ। BJP ਨੇ ਜਿਹੜੇ ਕਰਿੰਦੇ ਪਾਲੇ ਆ, ਜਿਹਨਾਂ ਦੀ ਡਿਊਟੀ ਹੋਈ ਇਹ ਲਾਈ ਹੋਈ ਆ ਵੀ ਤੁਸੀਂ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੌਂਕਿਆ ਕਰਨਾ, ਉਹਨਾਂ ਨੇ ਆਪਦਾ ਕੱਲ੍ਹ ਤੋਂ ਕੰਮ ਸ਼ੁਰੂ ਕੀਤਾ ਹੋਇਆ, ਲਗਾਤਾਰ ਭੌਂਕ ਰਹੇ, ਲਗਾਤਾਰ ਇਹ ਕੰਮ ਚੱਲ ਰਿਹਾ ਕਿ ਜੀ ਬੜਾ ਵੱਡਾ ਬੰਬ ਡਿੱਗ ਪਿਆ ਜੀ, ਇਹ ਤਾਂ ਉਹਨੂੰ ਪੰਜਾਬੀ ਕਿਉਂ ਕਿਹਾ। ਪਰ ਚੰਗੀ ਗੱਲ ਇਹ ਆ ਕਿ ਜਿਹੜੇ ਇੱਥੇ ਸਾਡੇ ਪੰਜਾਬੀ ਕਲਾਕਾਰ ਨੇ ਜਾਂ ਸਾਡੇ ਪੰਜਾਬ ਦੇ ਵਿੱਚ ਸਿਆਸੀ ਭਲਵਾਨ ਆ ਸਾਡੇ,
ਜਿਹੜੇ ਮਰਜ਼ੀ ਚੈਨਲ ਤੇ ਦੇਖ ਲਓ, ਸਾਰੇ ਜਣੇ ਠੋਕ ਵਜਾ ਕੇ ਕਹਿ ਰਹੇ ਆ ਕਿ ਭਗਵੰਤ ਮਾਨ ਹੋਵੇ ਜਾਂ ਕੋਈ ਪੰਜਾਬ ਦਾ ਹੋਰ ਲੀਡਰ ਹੋਵੇ ਜਾਂ ਕਲਾਕਾਰ ਹੋਵੇ, ਹੈ ਤਾਂ ਸਾਰੇ ਅਸੀਂ ਪੰਜਾਬੀ ਹਾਂ, ਅਸੀਂ ਗੁਜਰਾਤੀ ਥੋੜ੍ਹੀ ਹਾਂ, ਅਸੀਂ ਯੂਪੀ ਬਿਹਾਰ ਦੇ ਥੋੜ੍ਹੀ ਹਾਂ, ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਕਿਹਾ ਜਾਊਗਾ। ਜਦੋਂ ਮੈਂ ਰਾਤ ਟੀਵੀ ਚੈਨਲਾਂ ਦੇ ਉੱਤੇ ਇਸ ਮਸਲੇ ਉੱਤੇ ਬਹਿਸ ਹੁੰਦੀ ਦੇਖੀ ਤਾਂ ਮਨ ਨੂੰ ਇਸ ਗੱਲ ਦੀ ਤਸੱਲੀ ਜ਼ਰੂਰ ਹੋਈ ਕਿ ਭਾਵੇਂ ਸਾਡੇ ਜਿਹੜੇ ਬੰਦੇ ਬੋਲ ਰਹੇ ਨੇ ਇਹਨਾਂ ਦਾ ਲੈਵਲ ਓਨਾ ਵੱਡਾ ਤਾਂ ਹੈ ਨਹੀਂ ਗਾ ਜਿੰਨੇ ਵੱਡੇ ਲੈਵਲ ਦੇ ਉੱਤੇ ਇਹਨਾਂ ਨੂੰ ਜਵਾਬ ਦੇਣਾ ਬਣਦਾ ਹੈ, ਪਰ ਗੱਲ ਤਕਰੀਬਨ ਸਹੀ ਕਰ ਰਹੇ। ਹੁਣ ਆਪਾਂ ਅੱਗੇ ਤੁਰਦੇ ਹਾਂ ਗੱਲ ਵੱਲ। ਅਸਲ ਵਿੱਚ ਲਗਾਤਾਰ ਸਿੱਖਾਂ ਨੂੰ ਇਸ ਗੱਲ ਦੇ ਉੱਤੇ ਘੇਰਿਆ ਜਾ ਰਿਹਾ ਕਿ ਤੁਹਾਡੇ ਲਈ ਪੰਥ ਪਹਿਲਾਂ ਆ ਕਿ ਦੇਸ਼ ਪਹਿਲਾਂ ਹੈ, ਕਿ ਤੁਸੀਂ ਦੱਸੋ ਵੀ ਪਹਿਲਾਂ ਤੁਸੀਂ ਦੇਸ਼ ਦੇ ਭਗਤੋਂ ਕਿ ਆਪਦੇ ਧਰਮ ਦੇ ਵੱਲ ਭਗਤ ਜ਼ਿਆਦਾ ਭਗਤੀ ਦਿਖਾਓਗੇ। ਜੇ ਤੁਹਾਨੂੰ ਦੇਸ਼ ਅਤੇ ਧਰਮ ਵਿੱਚੋਂ ਚੋਣ ਕਰਨੀ ਪੈ ਜੇ, ਤੁਸੀਂ ਉਦੋਂ ਦੇਸ਼ ਵੱਲ ਖੜੋਗੇ ਕਿ ਧਰਮ ਵੱਲ ਖੜੋਗੇ? ਇਹ ਜਿਹੜੀ ਘੇਰਾਬੰਦੀ ਆ, ਇਹ ਇੰਨੀ ਸਿੱਧੀ ਸਿੱਧੀ ਗੱਲ ਨਹੀਂ ਹੈਗੀ ਵੀ ਆਪਾਂ ਕਹੀਏ ਵੀ ਐਡੀ ਕਿੱਡੀ ਕਿਹੇ ਗੱਲ ਆ। ਇਹ ਬਹੁਤ ਵੱਡਾ ਸਿਧਾਂਤਕ ਹਮਲਾ ਅਸਲ ਵਿੱਚ ਸਿੱਖਾਂ ਨੂੰ ਇਸ ਗੱਲ ਲਈ ਤਿਆਰ ਕੀਤਾ ਜਾ ਰਿਹਾ ਕਿ ਜਦੋਂ ਭਾਰਤੀ ਨਿਜ਼ਾਮ ਮੁਲਕ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਕੋਈ ਵੀ ਫੈਸਲਾ ਲਵੇ, ਤੁਸੀਂ ਬਸ ਨੀਵੀਂ ਪਾ ਕੇ ਜੈ ਹਿੰਦ ਕਿਹਾ ਕਰਨਾ। ਯੈਸ ਸਰ, ਜਿਵੇਂ 1984 ਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਸ ਮੌਕੇ ਕੁਲਦੀਪ ਸਿੰਘ ਬਰਾੜ, ਰਣਜੀਤ ਸਿੰਘ ਦਿਆਲ ਤੇ ਇਹੋ ਜਿਹੇ ਘੱਟੋ ਘੱਟ 35 ਵੱਡੇ ਅਫਸਰ ਜਿਹੜੇ ਸੀ ਇਸ ਹਮਲੇ ਦੇ ਵਿੱਚ ਘੱਲੂਘਾਰੇ ਮੌਕੇ ਉਹ ਸਿੱਖ ਪਰਿਵਾਰਾਂ 'ਚ ਜੰਮੇ ਜਾਏ ਸੀ। ਇਹਨਾਂ ਸਾਰਿਆਂ ਨੂੰ ਇਹ ਕਿਉਂ ਖੌਫ ਨਹੀਂ ਆਇਆ, ਦਿਲ ਵਿੱਚ ਇੱਕ ਪਲ ਲਈ ਵੀ ਕਿਉਂ ਨਹੀਂ ਆਇਆ ਕਿ ਸਾਡਾ ਧਰਮ ਹੈ, ਸਾਡਾ ਧਰਮ ਅਸਥਾਨ ਹੈ ਤੇ ਸਾਡੇ ਧਰਮ ਦਾ ਸਭ ਤੋਂ ਕੇਂਦਰੀ ਅਸਥਾਨ ਆ, ਅਸੀਂ ਉੱਥੇ ਹਮਲਾ ਕਰਨ ਵਾਲੀ ਫੌਜ ਦਾ ਹਿੱਸਾ ਕਿਉਂ ਬਣੀਏ? ਇਸ ਗੱਲ ਦੇ ਵਿੱਚ ਆਪਾਂ ਇੱਕ ਨਿੱਕਾ ਜਿਹਾ ਨੁਕਤਾ ਹੋਰ ਸਾਂਝਾ ਕਰੀਏ। ਜੇ ਕਿਤੇ ਟੀਵੀ ਚੈਨਲ ਦੇ ਉੱਤੇ ਕਿਸੇ ਦੇ ਉੱਤੇ ਉਸ ਫੌਜੀ ਨੂੰ ਬਿਠਾ ਲਿਆ ਜਾਵੇ ਜਿਹਨੇ 1984 ਦੇ ਦਰਬਾਰ ਸਾਹਿਬ ਦੇ ਹਮਲੇ ਉੱਤੇ, ਹਮਲੇ ਮੌਕੇ ਭਾਰਤੀ ਫੌਜ ਵੱਲੋਂ ਲੜਾਈ ਲੜੀ, ਤੇ ਦੂਜੇ ਪਾਸੇ ਕਿਸੇ ਧਰਮੀ ਫੌਜੀ ਨੂੰ ਬਿਠਾ ਲਿਆ ਜਾਵੇ ਤੇ ਉੱਥੇ ਜਿਹੜਾ ਭਾਰਤ ਮਾਤਾ ਦਾ ਲਾਲ ਆ ਨਾ ਜੀ, ਉਹਨੂੰ ਗੱਲ ਨਹੀਂ ਆਉਣੀ। ਧਰਮੀ ਫੌਜੀ ਉਸ ਮੌਕੇ ਜਿਹੜੀ ਗੱਲ ਕਹੇਗਾ ਕਿ ਭਾਈ ਸਾਨੂੰ ਤਾਂ ਇਹੀ ਪਤਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ, ਸਾਡਾ ਧਰਮ ਸਥਾਨ ਦਰਬਾਰ ਸਾਹਿਬ, ਸਾਨੂੰ ਤਾਂ ਹਰ ਮੌਕੇ ਇਸ ਚੀਜ਼ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਹ ਜਿਹੜਾ ਹੈਗਾ ਵੀ ਭਾਰਤੀ ਫੌਜ ਕੀ ਕਹਿੰਦੀ ਆ, ਭਾਰਤ ਦਾ ਨਿਜ਼ਾਮ ਕੀ ਕਹਿੰਦਾ, ਭਾਰਤ ਦਾ ਕਾਨੂੰਨ ਕੀ ਕਹਿੰਦਾ, ਇਹਦਾ ਸਾਡੇ ਨਾਲ ਇਸ ਮੌਕੇ ਕੋਈ ਮਤਲਬ ਨਹੀਂ। ਸੋ ਜਿਹੜਾ ਧਰਮੀ ਫੌਜੀਆਂ ਨੇ ਫੈਸਲਾ ਕੀਤਾ ਉਸ ਮੌਕੇ ਕਿ ਸਾਡੇ ਧਰਮ ਦੇ ਉੱਤੇ ਹੋ ਗਿਆ ਹਮਲਾ ਤੇ ਚੱਕ ਲਓ ਹੁਣ ਰਫਲਾਂ ਤੇ ਆਪਾਂ ਆਪਦੀ ਕੌਮ ਨੂੰ ਬਚਾਉਣਾ, ਆਪਾਂ ਆਪਣੇ ਪੰਜਾਬ ਨੂੰ ਬਚਾਉਣਾ। ਦੂਜੇ ਪਾਸੇ ਉਹ ਵੀ ਸਿੱਖਾਂ ਦੇ ਘਰੇ ਜੰਮੇ ਹੋਏ ਸੀ ਜਿਹੜੇ ਇੰਦਰਾ ਗਾਂਧੀ ਦੇ ਹੁਕਮਾਂ ਦੇ ਤਹਿਤ ਦਰਬਾਰ ਸਾਹਿਬ ਦੇ ਵਿੱਚ ਲਾਸ਼ਾਂ ਦੇ ਢੇਰ ਲਾ ਰਹੇ ਸੀ ਤੇ ਪੰਜਾਬ ਦੇ ਚੱਪੇ ਚੱਪੇ ਉੱਤੇ ਸਿੱਖਾਂ ਉੱਤੇ ਜ਼ੁਲਮ ਕਰ ਰਹੇ ਸੀ। ਇਹ ਤਾਂ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਨਿਬੜ ਗਿਆ 6 ਜੂਨ ਨੂੰ, ਉਦੋਂ ਬਾਅਦ ਵਿੱਚ 15 ਤੋਂ 35 ਸਾਲ ਤੱਕ ਦੇ ਵਿਚਾਲੇ ਦੇ ਸਾਰੇ ਪੰਜਾਬ ਦੇ ਵਿੱਚ ਸਿੱਖਾਂ ਦਾ ਘਾਣ ਹੋਣਾ ਸੀ। ਕਦੇ ਪੜ੍ਹਿਓ ਬਾਤਚੀਤ ਪਰਚਾ ਜਿਹੜਾ ਫੌਜ ਦਾ, ਜਿਹਦੇ ਵਿੱਚ ਇਹ ਆਰਡਰ ਛਪਿਆ ਹੋਇਆ
ਕਿ 15 ਤੋਂ 35 ਸਾਲ ਦੇ ਵਿਚਾਲੇ ਜਿਹੜੇ ਸਿੱਖ ਨੇ, ਜਿਹੜੇ ਪੀਲਾ ਪਰਨਾ ਬੰਨਦੇ ਨੇ, ਜਿਹੜੇ ਗਾਤਰੇ ਕਿਰਪਾਨ ਪਾਉਂਦੇ ਆ, ਜਿਹੜੇ ਦਾੜੇ ਕੇਸਾਂ ਵਾਲੇ ਨੇ, ਇਹਨਾਂ ਨੂੰ ਸ਼ਕਲ ਨਾ ਦੇਖਿਓ ਵੀ ਬੜੇ ਭੋਲੇ ਜੇ ਨੇ ਫੌਜੀਓ, ਇਹ ਬੜੇ ਖਤਰਨਾਕ ਨੇ, ਇਹ ਬੜੇ ਹਿੰਸਾ ਕਰਨ ਵਾਲੇ, ਅੱਗਾਂ ਲਾਉਣ ਵਾਲੇ, ਜੋ ਕੁਝ ਭੈੜੇ ਤੋਂ ਭੈੜਾ ਲਿਖਿਆ ਜਾ ਸਕਦਾ ਸੀ ਉਹ ਫੌਜ ਨੂੰ ਆਰਡਰ ਦੇ ਕੇ ਭੇਜਿਆ ਸੀ। ਤੇ ਉਸ ਹਿਸਾਬ ਨਾਲ ਤਾਂ ਸਾਡੇ ਪੰਜਾਬ ਦੇ ਵਿੱਚ ਆਮ ਜਿਹੜਾ ਗੁਰਸਿੱਖ ਆ ਕੋਈ ਵੀ, ਉਹਨੂੰ ਕਤਲ ਕਰ ਦਿਓ, ਉਹਨੂੰ ਮਾਰ ਦਿਓ, ਉਹਨੂੰ ਫੜ ਲਓ, ਉਹਨੂੰ ਕੁੱਟੋ ਮਾਰੋ, ਜੋ ਮਰਜ਼ੀ ਕਰ ਲਓ। ਇਸੇ ਕਰਕੇ ਬਹੁਤੇ ਸਿੱਖ ਨੌਜਵਾਨ ਜਿਹੜੇ ਸੀ ਉਹ ਜਾਨ ਬਚਾਉਣ ਦੇ ਲਈ, ਕਿਉਂਕਿ ਤਿਆਰੀ ਤਾਂ ਕੋਈ ਹੈ ਨਹੀਂ ਸੀ ਵੀ ਕਿਸੇ ਨੇ ਚਿੱਤ ਚੇਤੇ ਹੀ ਸੀ ਵੀ ਦਰਬਾਰ ਸਾਹਿਬ ਤੇ ਹਮਲਾ ਕਰ ਦੂ ਇੰਦਰਾ ਗਾਂਧੀ, ਇਹ ਬਹੁਤ ਵੱਡਾ ਕਹਿਰ ਸੀ। ਤੇ ਨਾਲ ਜਦੋਂ ਆਪਰੇਸ਼ਨ ਬਾਰਡਰ ਰੋਜ਼ ਦੇ ਤਹਿਤ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਛਾਪੇਮਾਰੀ ਸ਼ੁਰੂ ਹੋਈ ਤਾਂ ਸਾਡੇ ਭਾਈਚਾਰੇ ਦੇ, ਸਾਡੀ ਕੌਮ ਦੇ ਲੋਕ, ਨੌਜਵਾਨ ਖਾਸ ਤੌਰ ਤੇ 15 ਤੋਂ 35 ਸਾਲ ਦੇ ਵਿਚਾਲੇ ਬਾਰਡਰ ਟੱਪ ਗਏ। ਨਾਲ ਲੱਗਦਾ ਮੁਲਕ ਜੇ ਚਾਈਨਾ ਹੁੰਦਾ ਉਹ ਚਾਈਨਾ 'ਚ ਵੜ ਜਾਂਦੇ, ਜੇ ਅਮਰੀਕਾ ਹੁੰਦਾ ਅਮਰੀਕਾ 'ਚ ਵੜ ਜਾਂਦੇ, ਜੇ ਕਨੇਡਾ ਹੁੰਦਾ ਕਨੇਡਾ 'ਚ ਵੜ ਜਾਂਦੇ, ਹੁਣ ਨਾਲ ਲੱਗਦਾ ਮੁਲਕ ਸੀ ਪਾਕਿਸਤਾਨ, ਤੇ ਪਾਕਿਸਤਾਨ ਦੇ ਵਿੱਚ ਵੜ ਗਏ। ਤੇ ਉਹਨਾਂ ਨੇ ਇਹਨਾਂ ਨੂੰ ਉੱਥੇ ਬਾਰਡਰ ਕਰੋਸਿੰਗ ਦੇ ਵਿੱਚ ਫੜ ਕੇ ਜੇਲ੍ਹਾਂ 'ਚ ਦੇਤਾ ਤੇ 1986 ਤੱਕ ਇਹ ਸਾਰੇ ਤਕਰੀਬਨ ਜਿਹੜੇ ਹੈਗੇ ਆ ਸਜਾਵਾਂ ਭੁਗਤਦੇ ਰਹੇ ਨੇ। ਕੋਈ ਇਹਨਾਂ ਨੂੰ ਜਾ ਕੇ ਇਹ ਨਹੀਂ ਵੀ ਉੱਥੇ VIP ਦੇ ਡਨਲਪ ਦੇ ਗੱਦਿਆਂ ਤੇ ਪਾਤਾ, ਇਹਨਾਂ ਨਾਲ ਉੱਥੇ ਉਹੀ ਟ੍ਰੀਟਮੈਂਟ ਹੋਇਆ ਜਿਹੜਾ ਬਾਰਡਰ ਕਰੋਸਿੰਗ ਦੇ ਵਿੱਚ ਕਿਸੇ ਵੀ ਮੁਲਕ ਦੇ ਵਿੱਚ ਕੀਤਾ ਜਾਂਦਾ। ਪਰ ਜਦੋਂ ਉਹਨਾਂ ਨੂੰ ਸਮਝ ਲੱਗੀ ਪਾਕਿਸਤਾਨ ਨੂੰ ਕਿ ਇਹਨਾਂ ਦੇ ਉੱਤੇ ਹਮਲਾ ਹੋਇਆ, ਇਹਨਾਂ ਦੇ ਉੱਤੇ ਬਹੁਤ ਵੱਡਾ ਇੱਕ ਕਹਿਰ ਝੋਲ ਰਿਹਾ, ਤੋ ਉਹਨਾਂ ਨੇ ਆਪਦੇ ਹਿਸਾਬ ਨਾਲ ਫੈਸਲੇ ਕੀਤੇ। ਤੇ ਵਰਤਦਾ ਹੀ ਹੁੰਦਾ ਬੰਦਾ, ਫਿਰ ਸਹੀ ਕੀਤਾ ਜੋ ਕੀਤਾ ਉਹਨਾਂ ਨੇ। ਤੇ ਸਿੱਖਾਂ ਨੇ ਵੀ ਫਿਰ ਉਸ ਮੌਕੇ ਜੋ ਉਹਨਾਂ ਤੋਂ ਸਰਿਆ ਬਣਿਆ ਰਿਐਕਸ਼ਨ ਕੀਤਾ ਤੇ ਅਗਲੇ 10-15 ਸਾਲ ਫਿਰ ਢੇਰੀਆਂ ਲਾਈਆਂ। ਹੁਣ ਉਹ ਸਾਰਾ ਕੁਛ ਜਿਹੜਾ ਹੈ ਅੱਜ ਇਸ ਮਾਹੌਲ ਦੇ ਵਿੱਚ ਜਿੱਥੇ ਆ ਕੇ ਆਪਾਂ ਚਰਚਾ ਕਰ ਰਹੇ ਹਾਂ, ਉਹ ਕੀ ਆ ਨੁਕਤਾ ਕਿ ਜਿਹੜੇ ਸਿੱਖਾਂ ਦੇ ਘਰੇ ਜੰਮ ਕੇ ਕਰਨਲ ਜਰਨਲ ਫੌਜੀ ਵੱਡੇ ਲੈਫਟੈਨ ਸ਼ਪੈਨ ਬਣੇ ਫਿਰਦੇ ਸੀ, ਉਹਨਾਂ ਨੂੰ ਕਿਉਂ ਸ਼ਰਮ ਨਹੀਂ ਆਈ, ਕਿਉਂ ਉਹਨਾਂ ਦੀ ਆਤਮਾ ਨੇ ਲਾਹਣਤਾਂ ਨਹੀਂ ਪਾਈਆਂ ਕਿ ਅਸੀਂ ਆਪਦੇ ਮਾਪਿਆਂ ਨੂੰ, ਭੈਣ ਭਰਾਵਾਂ ਨੂੰ ਪਿੰਡ ਜਾ ਕੇ ਜਦੋਂ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਮੱਥਾ ਟੇਕਿਆ ਕਰਾਂਗੇ ਅਸੀਂ, ਜੇ ਅਸੀਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲੀ ਫੌਜ ਦੇ ਵਿੱਚ ਸ਼ਾਮਲ ਹੋ ਰਹੇ ਹਾਂ। ਕਾਰਨ ਸਹੀ ਆ ਗਲਤ ਆ ਇਹ ਛੱਡੋ, ਪਰ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲੀ ਫੌਜ ਦਾ ਕੋਈ ਸਿੱਖ ਹਿੱਸਾ ਬੀਤੇ ਇਤਿਹਾਸ ਵਿੱਚ ਕਦੇ ਨਹੀਂ ਸੀ ਬਣੇ। 1947 ਤੋਂ ਭਾਰਤੀ ਹਾਕਮਾਂ ਨੇ ਇੱਕ ਇਸ ਤਰੀਕੇ ਦੀ ਕਾਰਸਤਾਨੀ ਕੀਤੀ ਕਿ ਸਿੱਖਾਂ ਨੂੰ ਘੇਰਾਬੰਦੀ ਕਰ ਲਈ ਜਾਵੇ ਤੇ ਉਹਨਾਂ ਨੂੰ ਕਿਹਾ ਜਾਵੇ ਪੰਥ, ਧਰਮ, ਧਰਮ ਸਥਾਨ ਇਹ ਸਾਰਾ ਕੁਝ ਛੱਡੋ, ਤੁਸੀਂ ਜੇਕਰ ਸਰਕਾਰ ਹੀ ਹੋ, ਜੇ ਤੁਸੀਂ ਭਾਰਤ ਸਰਕਾਰ ਦੀ ਨੌਕਰੀ ਕਰਦੇ ਹੋ, ਤੁਸੀਂ ਉਸ ਟਾਈਮ ਸਰਕਾਰ ਦਾ ਪੱਖ ਦੇਖਣਾ। ਇਸੇ ਕਰਕੇ IAS IPS 1947 ਤੋਂ ਤੁਸੀਂ ਕੋਈ ਦੇਖਿਆ ਹੁਣ ਤੀਕਰ ਜਿਹਨੇ ਪੰਥ ਜਾਂ ਪੰਜਾਬ ਦੇ ਹੱਕ ਵਿੱਚ ਕਦੇ ਹਾਂ ਦਾ ਨਾਰਾ ਮਾਰਿਆ ਹੋਵੇ, ਪਹਿਲਾਂ ਹੀ ਕੋਈ ਹੋਣਗੇ 15-20-50 ਬੰਦੇ। ਹਾਂ 1984 ਮੌਕੇ ਕੁਛ ਬੰਦਿਆਂ ਨੇ ਅਸਤੀਫੇ ਵੀ ਦਿੱਤੇ ਨੌਕਰੀਆਂ ਤੋਂ, ਪਰ ਮੋਟੇ ਤੌਰ ਦੇ ਉੱਤੇ ਜਿਨ੍ਹਾਂ ਦੇ ਬਾਰੇ ਸਾਨੂੰ ਸਾਡੇ ਵੱਡੇ ਵੱਡੇ ਖੱਬੀ ਖਾਨ ਮਤਾਂ ਦੇ ਹੁੰਦੇ ਨੇ, ਆਹ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਵੀ ਕੰਮ ਸ਼ੁਰੂ ਕੀਤਾ ਕਿ ਅਸੀਂ ਜੀ ਹੁਣ IAS IPS ਦੇ ਐਗਜ਼ਾਮ ਦਵਾਉਣ ਲਈ ਤਿਆਰੀਆਂ ਕਰਾਇਆ ਕਰਾਂਗੇ, ਦਵਾ ਲਓ। ਪਰ ਇਹ ਸਾਰੇ ਦੇ ਸਾਰੇ ਨੂਨ ਦੀ ਖੱਡ ਵਿੱਚ ਜਾ ਕੇ ਨੂਨ ਬਣਨਗੇ, ਇਹ ਸਾਰੇ ਜਾ ਕੇ ਭਾਰਤ ਮਾਤਾ ਦੇ ਲਾਲ ਬਣਨਗੇ। ਜਿੱਦਣ ਆਸ਼ੂਤੋਸ਼ ਦਾ 2009 ਦੇ ਵਿੱਚ ਲੁਧਿਆਣੇ ਪ੍ਰੋਗਰਾਮ ਸੀ 5 ਦਸੰਬਰ ਨੂੰ, ਰੋਕਣ ਚਲੇ ਗਏ ਉੱਥੇ, ਮੈਂ ਉੱਥੇ ਖੁਦ ਮੋਹਰੀ ਬੰਦਿਆਂ ਦੇ ਵਿੱਚ ਸੀ, ਅਸੀਂ
ਗੋਲੀ ਚੱਲੀ, ਕਈ ਉੱਥੇ ਫੱਟੜ ਹੋ ਗਏ ਸਾਡੇ ਨਾਲ ਦੇ। ਅਖੀਰ ਉੱਥੇ ਦਰਸ਼ਨ ਸਿੰਘ ਪਿੰਡ ਲਹਾਰੇ ਦਾ ਇੱਕ ਸਾਥੀ ਸਾਡਾ ਉੱਥੇ ਸ਼ਹੀਦ ਹੋ। ਉਹਦੇ ਮੁੰਡੇ ਨੂੰ ਪੰਜਾਬ ਪੁਲਿਸ ਦੀ ਨੌਕਰੀ ਦਿੱਤੀ ਤੇ ਮੈਂ ਆਪਦੇ ਦਿਲ ਵਿੱਚ ਰਾਤ ਨੂੰ ਉੱਥੇ ਜਦੋਂ ਬੈਠੇ ਸੀ, ਕਰਫਿਊ ਲੱਗਿਆ ਸੀ ਲੁਧਿਆਣੇ ਚ ਦਸੰਬਰ ਦਾ ਮਹੀਨਾ, ਤੇ ਲੱਕੜਾਂ ਨੂੰ ਥਾਂ ਥਾਂ ਤੇ ਅੱਗਾਂ ਲਾ ਕੇ ਅਸੀਂ ਬੈਠੇ, ਕਿਉਂਕਿ ਹਜੇ ਉਹ ਚੱਲਦਾ ਸੀ ਵੀ ਉਹਦਾ ਸੰਸਕਾਰ ਅਗਲੇ ਦਿਨ ਕਰਨ ਦਰਸ਼ਨ ਸਿੰਘ। ਤੇ ਜਦੋਂ ਇਹ ਖਬਰ ਸੁਣੀ ਤਾਂ ਮੈਂ ਆਪਦੇ ਦਿਮਾਗ ਚ ਦਿਲ ਚ ਇਹ ਸੋਚ ਰਿਹਾ ਸੀ ਵੀ ਕੱਲ ਨੂੰ ਅਸੀਂ ਕਿਸੇ ਹੋਰ ਪੰਥ ਦੋਖੀ ਦਾ ਆਸ਼ੂਤੋਸ਼ ਦਾ ਹੀ ਵਿਰੋਧ ਇਸ ਤਰ੍ਹਾਂ ਕਰ ਰਹੇ ਹੋਵਾਂਗੇ, ਤੇ ਇਸੇ ਦਰਸ਼ਨ ਸਿੰਘ ਲਹਾਰੇ ਦਾ ਮੁੰਡਾ ਜਿਹੜਾ ਹੁਣ ਪੁਲਿਸ ਚ ਕਰ ਲਿਆ, ਹੋ ਸਕਦਾ ਸਾਡੇ ਤੇ ਡਾਂਗਾਂ ਗੋਲੀਆਂ ਚਲਾਉਣ ਵਾਲਿਆ ਜਾਂ ਜਿਹੜੀ ਉਹ ਪੁਲਿਸ ਆ ਗਈ ਉਹਦੇ ਚ ਸ਼ਾਮਿਲ ਹੋਏ ਹੋ। ਆ ਥੋੜੇ ਦਿਨ ਹੋਏ ਆ ਇੱਕ ਇਸੇ ਤਰੀਕੇ ਦਾ ਘਟਨਾਕ੍ਰਮ ਹੋਰ ਵਾਪਰਿਆ ਜਿਹਦੇ ਵਿੱਚ ਕਹਿੰਦੇ ਆ ਜੀ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਸ਼ੁਭ ਕਰਮਨ ਸਿੰਘ ਨਾਂ ਦਾ ਨੌਜਵਾਨ ਜਿਹੜਾ ਸੀ ਵੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਪੁਲਿਸ ਦੀ ਨੌਕਰੀ ਦਿੱਤੀ ਗਈ। ਪੁਲਿਸ ਦੀ ਨੌਕਰੀ ਜਾਂ ਹੋਰ ਸਰਕਾਰੀ ਜਦੋਂ ਨੌਕਰੀ ਦਿੰਦੇ ਆ ਉਹ ਉਸ ਮੌਕੇ ਬੰਦਾ ਫਿਰ ਉਹਨਾਂ ਦਾ ਬਣਦਾ ਤੇ ਉਹ ਫਿਰ ਉਹ ਸਾਰਾ ਕੁਛ ਹੀ ਕਰਦਾ ਜਿਹੜਾ ਕੁਛ ਉਹਨੂੰ ਸਟੇਟ ਕਹਿੰਦੀ ਹੈ। ਸਟੇਟ ਫੇਸਲੈਸ ਹੁੰਦੀ ਆ, ਹਕੂਮਤ ਦਾ ਕੋਈ ਚਿਹਰਾ ਮੋਹਰਾ ਨਹੀਂ ਹੁੰਦਾ ਹੈਗਾ, ਪਰ ਸਟੇਟ ਜਦੋਂ ਐਕਟ ਕਰਦੀ ਆ ਉਦੋਂ ਉਹ ਬਹੁਤ ਕਰੂਅਲ ਹੁੰਦੀ ਆ, ਬੜੀ ਜ਼ਾਲਮ ਹੁੰਦੀ ਆ, ਬੜੀ ਜਾਬਰ ਹੁੰਦੀ ਆ। 1947 ਤੋਂ ਇੰਡੀਅਨ ਸਟੇਟ ਨੇ, ਭਾਰਤੀ ਹਕੂਮਤ ਨੇ, ਏਜੰਸੀਆਂ ਨੇ, IAS IPS ਆ ਸਾਡੇ ਸਿਆਸੀ ਲੀਡਰ, ਸਿਆਸੀ ਦਲ, ਸਰਕਾਰ, ਇਹ ਸਾਰੇ ਕਾਸੇ ਨੇ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਪੱਟਣ ਲਈ ਕੀ ਨਹੀਂ ਕੀਤਾ। ਤੇ ਇਸ ਸਾਰੇ ਸਿਸਟਮ ਦਾ ਹਿੱਸਾ ਜਿਹੜੇ ਸਿੱਖ ਨੇ, ਸਾਡੇ ਸਿੱਖ ਪਰਿਵਾਰਾਂ ਦੇ ਵਿੱਚ ਜਿਹੜੇ ਇਹਨਾਂ ਦਾ ਹਿੱਸਾ, ਉਹ ਕਿਹੜੇ ਮੂੰਹ ਨਾਲ ਗੁਰਦੁਆਰੇ ਆ ਕੇ ਮੱਥਾ ਟੇਕਦੇ ਆ। ਮੈਂ ਅੱਜ ਇੱਕ ਗੱਲ ਇੱਥੇ ਸਾਂਝੀ ਕਰਨੀ ਚਾਹੁੰਦਾ ਕਿ 1984 ਦੇ ਵਿੱਚ ਜਦੋਂ ਦਸੰਬਰ ਮਹੀਨੇ ਦੇ ਵਿੱਚ ਜਾਂ ਉਸ ਉਦੋਂ ਬਾਅਦ ਚ ਮੇਰੇ ਫਾਦਰ ਸਾਹਿਬ, ਮੇਰੇ ਪਿਤਾ ਜੀ ਫੌਜ ਵਿੱਚੋਂ ਰਿਟਾਇਰ ਹੋ ਕੇ ਮਤਲਬ ਆਏ ਹੋ, ਤੇ ਉਹਨਾਂ ਦੇ ਦਿਲ ਦਿਮਾਗ ਵਿੱਚ ਸਦਾ ਹੀ ਇਹ ਗੱਲ ਰਹਿੰਦੀ ਸੀ ਕਿ ਸਾਡੇ ਵਾਲੇ ਪਾਸੇ ਬਗਾਵਤ ਨਹੀਂ ਹੋਈ ਤੇ ਨਹੀਂ ਅਸੀਂ ਵੀ ਬਗਾਵਤ ਕਰਦੇ। ਤੇ ਮੈਂ ਹੁਣ ਇਹ ਨੌਕਰੀ, ਮੇਰਾ ਥੋੜਾ ਟਾਈਮ ਰਹਿੰਦਾ ਸੀਗਾ, ਵਧੀਆ ਹੋ ਗਿਆ, ਮੈਂ ਇਹ ਨੌਕਰੀ ਤੋਂ ਮੁਕਤ ਹੋ ਗਿਆ। ਇਸ ਫੌਜ ਦੇ ਵਿੱਚ ਰਹਿਣ ਨੂੰ ਜੀ ਨਹੀਂ ਕਰਦਾ ਜਿਹੜੀ ਫੌਜ ਸਾਡੇ ਧਰਮ ਦੇ ਉੱਤੇ ਹਮਲਾ ਕਰਦੀ ਆ, ਸਾਡੇ ਪਿੰਡਾਂ ਚ ਵੜ ਕੇ ਸਾਡੇ ਲੋਕਾਂ ਦਾ ਕਤਲ ਕਰਦੀ ਆ। ਜਦੋਂ ਮੇਰੇ ਪਾਪਾ ਜੀ ਨੂੰ ਪਤਾ ਲੱਗਿਆ ਕਿ ਮੈਂ ਪੰਥਕ ਸਰਗਰਮੀਆਂ ਦੇ ਵਿੱਚ, ਖਾਲਿਸਤਾਨੀ ਸਰਗਰਮੀਆਂ ਦੇ ਵਿੱਚ ਸ਼ਮੂਲੀਅਤ ਕਰਨ ਲੱਗਾ, ਤੇ ਉਸ ਮੌਕੇ ਆਮ ਤੌਰ ਦੇ ਉੱਤੇ ਮਾਪੇ ਕਈ ਵਾਰੀ ਟੋਕਦੇ ਆ, ਰੋਕਦੇ ਆ ਵੀ ਇਹ ਬੜਾ ਕਸੂਤਾ ਰਾਹ ਆ, ਪਰ ਉਸ ਮੌਕੇ ਮੇਰੇ ਪਾਪਾ ਜੀ ਨੂੰ ਬੜਾ ਚਾਅ ਚੜਿਆ, ਬੜੀ ਖੁਸ਼ੀ ਹੋਈ ਉਹਨਾਂ ਨੂੰ ਕਿ ਸ਼ੁਕਰ ਆ ਇਹ ਪੰਥ ਦੇ ਰਾਹ ਪਿਆ। ਵੈਸੇ ਜਿਹੋ ਜਿਹਾ ਸਾਡਾ ਸੁਭਾਅ ਸੀ, ਅੜਵੰਗਪੁਣਾ ਸੀ, ਹੋ ਸਕਦਾ ਸੀ ਕੋਈ ਹੋਰ ਪੁੱਠੀ ਸਿੱਧੀ ਹਰਕਤ ਕਰਕੇ ਜੇਲ੍ਹ ਯਾਤਰਾ ਕਰਦੇ, ਪਰ ਉਸ ਤੋਂ ਬਾਅਦ ਵਿੱਚ ਮੇਰੇ ਕਰਕੇ ਬੜੀ ਵਾਰ ਪਾਪਾ ਜੀ ਨੂੰ ਪੁਲਿਸ ਨੇ ਫੜਿਆ ਜਾਂ ਮੈਨੂੰ ਜੇਲ੍ਹ ਯਾਤਰਾ ਕਰਨੀ ਪਈ, ਪਰ ਇਸ ਗੱਲ ਦਾ ਉਹਨਾਂ ਨੂੰ ਸਦਾ ਫਖਰ ਰਿਹਾ ਕਿ ਸ਼ੁਕਰ ਆ ਸਾਡੇ ਪਰਿਵਾਰ ਦਾ ਇਸ ਸੰਘਰਸ਼ ਵਿੱਚ ਹਿੱਸਾ ਪੈ ਰਿਹਾ। ਉਹਨਾਂ ਨੂੰ ਇਸ ਗੱਲ ਦਾ ਮਲਾਲ ਸੀ ਕਿ ਮੈਂ ਉਸ ਫੌਜ ਦੀ ਨੌਕਰੀ ਕੀਤੀ ਆ ਤੇ ਜਿਸ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਪਰ ਉਹਨਾਂ ਨੂੰ ਇਸ ਗੱਲ ਦਾ ਮਾਣ ਸੀ ਕਿ ਮੇਰਾ ਪੁੱਤ ਜਿਹੜਾ ਹੈ ਉਹ ਕੌਮ ਦੇ ਸੰਘਰਸ਼ ਵਿੱਚ ਆ। ਸੋ ਜਦੋਂ ਭਾਈ ਦਲਜੀਤ ਸਿੰਘ ਬਟੋਹੜਾ ਨੂੰ ਜਾਂ ਕਿਸੇ ਹੋਰ ਵੱਡੇ ਸਾਡੇ ਖਾਲਿਸਤਾਨੀ ਸੰਘਰਸ਼ ਦੇ ਆਗੂ ਨੂੰ ਉਹ ਮਿਲਦੇ ਗਿਲਦੇ ਰਹੇ, ਉਹਨਾਂ ਨੇ ਸਦਾ ਹੀ ਇਹ ਗੱਲਾਂ ਕੀਤੀਆਂ। ਇੱਥੋਂ ਤੱਕ ਕਿ ਮੇਰਾ ਇੱਕ ਕਰੀਬੀ ਮਿੱਤਰ ਹੈ ਇਸ ਟਾਈਮ ਇੰਗਲੈਂਡ ਚ, ਮੋਹੀ ਵਾਲਾ ਤਾਰ, ਅਵਤਾਰ ਸਿੰਘ ਮੋਹੀ, ਉਹ ਸੰਘਰਸ਼ ਦਾ ਮੇਰਾ ਜੋਟੀਦਾਰ ਰਿਹਾ।
ਅਸੀਂ ਦੋਨੇ ਬੜੀ ਬੜਾ ਵਾਰੀ ਬੜਾ ਕੁਛ ਦੇਖਿਆ, ਲੰਮੀਆਂ ਕਹਾਣੀਆਂ। ਪਰ ਗੱਲ ਉਹਦੇ ਚ ਇੱਕ ਵਾਰੀ ਇਹ ਹੋਈ ਕਿ ਸਾਨੂੰ ਦੋਨਾਂ ਨੂੰ ਭਾਪਾ ਜੀ ਨੇ ਬਿਠਾ ਲਿਆ। ਅਸੀਂ ਉਦੋਂ ਬਾਹਲੇ ਜ਼ਿਆਦਾ ਮਤਲਬ ਕੋਈ ਸਿਆਣੇ ਵੀ ਨਹੀਂ ਸੀ, ਨਿਆਣੇ ਸੀਗੇ, ਪਰ ਸਾਨੂੰ ਭਾਪਾ ਜੀ ਨੇ ਬਿਠਾਇਆ। ਕਹਿੰਦੇ ਮੈਨੂੰ ਬੜਾ ਵਧੀਆ ਲੱਗਦਾ ਤੁਸੀਂ ਇਸ ਰਾਹ ਤੇ ਤੁਰੇ ਹੋ। ਪਰ ਕੋਈ ਇਹੋ ਜਿਹੀ ਹਰਕਤ, ਕੋਈ ਇਹੋ ਜਿਹੀ ਗੱਲ ਨਹੀਂ ਹੋਣੀ ਚਾਹੀਦੀ ਜਿਹਦੇ ਤੋਂ ਮੈਨੂੰ ਸ਼ਰਮ ਆਵੇ। ਜੇਕਰ ਪੁਲਿਸ ਆਵੇ ਤੇ ਮੈਨੂੰ ਧੂਹ ਘੜੀਸ ਕਰੇ, ਮੇਰੇ ਬੇਇੱਜ਼ਤੀ ਕਰੇ, ਸਾਡੇ ਪਰਿਵਾਰ ਨੂੰ ਝੱਲਣਾ ਪਵੇ, ਤੇ ਮੈਨੂੰ ਇਸ ਗੱਲ ਦਾ ਕੋਈ ਮਲਾਲ ਨਹੀਂ ਜੇ ਤੁਸੀਂ ਕੋਈ ਚੰਗਾ ਕੰਮ ਕੀਤਾ ਹੋਵੇ ਪੰਥ ਲਈ, ਕੌਮ ਲਈ। ਪਰ ਜੇਕਰ ਕੋਈ ਐਵੇਂ ਗਲਤ ਕੰਮ ਹੋਵੇ ਜਿਹਦੇ ਨਾਲ ਸਾਨੂੰ ਲੱਗੇ ਵੀ ਇਹ ਕੀ ਕਰ ਲਿਆ ਤੁਸੀਂ, ਇਹ ਥਾਣੇਦਾਰ ਜਾਂ ਪੁਲਿਸ ਵਾਲੇ ਆ ਕੇ ਕਹਿਣ ਵੀ ਆਹ ਇੰਨਾ ਭੈੜਾ ਕੰਮ ਕੀਤਾ ਤੁਹਾਡੇ, ਵੀ ਉਹ ਗੱਲ ਮੇਰੇ ਤੋਂ ਬਰਦਾਸ਼ਤ ਨਹੀਂ। ਤੇ ਮੈਂ ਇਹ ਸੋਚਦਾ ਹੁੰਦਾ ਕਿ ਸਦਾ ਹੀ ਮੇਰੇ ਉੱਤੇ ਇਹ ਇੱਕ ਜਿਵੇਂ ਮੇਰੇ ਪਿਓ ਦੀ ਸਦਾ ਲਈ ਇੱਕ ਉਹ ਸਿਰ ਦੇ ਉੱਤੇ ਵਾਰਨਿੰਗ ਵਾਂਗੂ ਖੜੀ ਸੀ ਗੱਲ, ਇਹ ਆਹ ਨੀ ਕਰਨਾ, ਉਹ ਨੀ ਕਰਨਾ, ਬੜੀ ਵਾਰ ਮਤਲਬ ਬੰਦਾ ਇਸ ਗੱਲ ਤੋਂ ਰੁਕਦਾ। ਸੋ ਮੋਟੇ ਤੌਰ ਤੇ ਗੱਲ ਇਹ ਆ ਕਿ ਆਮ ਸਧਾਰਨ ਪਰਿਵਾਰਾਂ ਦੇ ਵਿੱਚ ਜੰਮੇ ਹੋਏ ਲੋਕਾਂ ਨੇ ਇਸ ਗੱਲ ਦਾ ਖਿਆਲ ਰੱਖਿਆ ਕਿ ਭਾਰਤੀ ਹਕੂਮਤੀ ਨਿਜ਼ਾਮ ਜਿਹੜਾ ਹੈ ਉਹ ਸਾਡਾ ਘਾਣ ਕਰ ਰਿਹਾ ਤੇ ਆਪਾਂ ਉਹਦਾ ਹਿੱਸਾ ਨਾ ਬਣੀਏ। ਮੈਨੂੰ ਇਸ ਗੱਲ ਕਹਿਣ ਚ ਕੋਈ ਝਿਜਕ ਨਹੀਂ ਕਿ ਸਾਡੇ ਪਰਿਵਾਰ ਦੇ ਵਿੱਚ ਅਸੀਂ ਉਹਨਾਂ ਬਰਾਦਰੀਆਂ ਚੋਂ ਆ ਜਿਹਨਾਂ ਦੇ ਘਰਾਂ ਚ ਚੰਮ ਦਾ ਕੰਮ ਹੁੰਦਾ। ਜੁੱਤੀਆਂ, ਮੇਰੇ ਤਾਇਆ ਜਿਹੜਾ ਦਰਸ਼ਨ ਸਿੰਘ ਸੀ ਉਹ ਜੁੱਤੀਆਂ ਗੰਢਦਾ ਹੁੰਦਾ, ਜੁੱਤੀਆਂ ਬਣਾਉਂਦਾ ਸੀ, ਬੜੀ ਦੂਰੋਂ ਦੂਰੋਂ ਲੋਕ ਉਹਦੇ ਕੋਲ ਜੁੱਤੀਆਂ ਬਣਾਉਂਦੇ ਸੀ। ਮੇਰੇ ਪਾਪਾ ਜੀ ਖੁਦ ਜੁੱਤੀਆਂ ਪਾਉਂਦੇ ਰਹੇ ਆ ਫੌਜ ਭਰਤੀ ਹੋਣ ਤੋਂ ਪਹਿਲਾਂ। ਅਸੀਂ ਉਹਨਾਂ ਬਰਾਦਰੀਆਂ ਚੋਂ ਆ ਜਿਹੜੇ ਭਗਤ ਰਵਿਦਾਸ ਜੀ ਦੇ ਪੈਰੋਕਾਰ ਜਾਂ ਵਾਰਸ ਹਨ। ਅਸੀਂ ਸਿੱਖ ਧਰਮ ਨੂੰ, ਸਿੱਖੀ ਨੂੰ ਆਪਦਾ ਮੁਕਤੀਦਾਤਾ ਸਮਝਿਆ। ਸਦਾ ਹੀ ਮੇਰੇ ਪਰਿਵਾਰ ਨੇ, ਪਾਪਾ ਜੀ ਨੇ ਕਹਿਣਾ ਕਿ ਆਪਾਂ ਇਸ ਧਰਮ ਦਾ, ਗੁਰੂ ਸਾਹਿਬਾਨ ਦਾ ਦੇਣਾ ਨਹੀਂ ਦੇ ਸਕਦੇ ਜਿਹਨਾਂ ਨੇ ਆਪਾਂ ਨੂੰ ਸਰਦਾਰੀਆਂ ਬਖਸ਼ੀਆਂ। ਅੱਜ ਮੈਨੂੰ ਸਰਦਾਰ ਪਿਆਰਾ ਸਿੰਘ ਕਹਿ ਕੇ ਲੋਕ ਬੁਲਾਉਂਦੇ ਆ, ਤੇ ਆਪਾਂ ਇਸ ਧਰਮ ਲਈ, ਇਸ ਕੌਮ ਲਈ ਜੋ ਕਰ ਸਕੀਏ ਉਹ ਥੋੜਾ ਹੀ ਥੋੜਾ। ਸੋ ਸਾਨੂੰ ਇਸ ਗੱਲ ਦਾ ਸਦਾ ਫਖਰ ਰਿਹਾ ਕਿ ਅਸੀਂ ਸਿੱਖ ਪਰਿਵਾਰ ਚ ਜੰਮੇ। ਤੇ ਜਦੋਂ ਇਹ ਫੈਸਲਾ ਹੋਇਆ, ਫੈਸਲਾ ਕਰਨਾ ਪਿਆ ਕਿ ਸਿੱਖ ਧਰਮ ਉੱਤੇ ਹਮਲਾ ਕਰਨ ਵਾਲੇ ਭਾਰਤੀ ਹਕੂਮਤੀ ਸਿਸਟਮ ਦਾ ਹਿੱਸਾ ਬਣਨਾ ਕਿ ਕਿੱਧਰ ਖੜਨਾ, ਤਾਂ ਸਾਡਾ ਪਰਿਵਾਰ ਜਾਂ ਅਸੀਂ ਇੱਧਰ ਖੜੇ। ਇਵੇਂ ਸਾਡੇ ਵਰਗੇ ਹੋਰ ਕਰੋੜਾਂ ਲੋਕ ਨੇ ਜਿਹਨਾਂ ਨੇ ਭਾਰਤੀ ਨਿਜ਼ਾਮ ਦਾ ਸਾਥ ਨਹੀਂ ਦਿੱਤਾ, ਸਿੱਖ ਕੌਮ ਦਾ ਸਾਥ ਸਹਿਯੋਗ ਦਿੱਤਾ। ਪਰ ਆ ਜਿਹੜੇ ਵੱਡੇ ਵੱਡੇ ਅਫਸਰ ਘਾਉਂਦੇ ਆ, ਜਿਹੜੇ IAS IPS ਲੀਡਰ ਨੇ, ਜਿਹੜੇ MLA MP ਬਣ ਕੇ ਉਸ ਸਿਸਟਮ ਨੂੰ ਮਜ਼ਬੂਤ ਕਰਦੇ ਆ, ਜਿਹੜੇ ਇਹ ਲਾਰਾ ਲਾ ਕੇ ਝੂਠ ਬੋਲ ਕੇ ਕਿ ਸਾਨੂੰ ਤੁਸੀਂ MLA MP ਬਣਾਓ, ਅਸੀਂ ਸਿੱਖਾਂ ਦੇ ਸਾਰੇ ਮਸਲੇ ਹੱਲ ਕਰ ਦਿਆਂਗੇ, ਸਾਨੂੰ ਲਗਾਤਾਰ ਉੱਲੂ ਬਣਾ ਰਹੇ ਨੇ, ਇਹ ਸਾਰੇ ਦੇ ਸਾਰੇ ਲੋਕ ਜਿਹੜੇ ਆ ਕਿੱਥੇ ਕਿਹੜੇ ਹਿਸਾਬ ਨਾਲ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਆ ਜੀ। ਉਸ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਕਿੰਨੀ ਵਾਰ ਬੇਪਤ ਤੇ ਮਾੜਾ ਕੀਤਾ ਗਿਆ ਇਸ ਸਿਸਟਮ ਨੇ, ਤੇ ਅਸੀਂ ਉਸ ਸਿਸਟਮ ਨੂੰ ਮਜ਼ਬੂਤ ਕਰਦੇ ਹਾਂ। ਜਦੋਂ ਅਸੀਂ ਇਲੈਕਸ਼ਨ ਦਾ ਹਿੱਸਾ ਬਣਦੇ ਹਾਂ, ਅਸੀਂ MLA MP ਬਣਦੇ ਹਾਂ, ਜਦੋਂ ਅਸੀਂ ਫੈਸਲਾ ਕਰਨ ਵਾਲੀ ਉਸ ਸਰਕਾਰ ਦਾ ਹਿੱਸਾ ਬਣਦੇ ਹਾਂ, ਜਦੋਂ ਅਸੀਂ IAS ਬਣਦੇ ਹਾਂ, ਉਦੋਂ ਅਸੀਂ ਕਰ ਕੀ ਰਹੇ ਹਾਂ, ਅਸੀਂ ਉਸ ਸਿਸਟਮ ਨੂੰ ਮਜ਼ਬੂਤ ਕਰ ਰਹੇ ਹਾਂ ਜਿਹੜਾ ਸਾਡੀਆਂ ਜੜ੍ਹਾਂ ਪੱਟ। ਖੈਰ, ਗੱਲ ਇਹ ਹੈ ਕਿ ਇਸ ਸਿਸਟਮ ਨੇ ਸਾਡੇ ਲੋਕਾਂ ਨੂੰ ਬਲਿਆ ਹੋਇਆ ਕਿ ਤੁਹਾਡੇ ਲਈ ਪੰਥ ਪਹਿਲਾਂ ਆ ਕਿ ਤੁਹਾਡਾ ਮੁਲਕ ਪਹਿਲਾਂ ਆ, ਤੇ ਬੰਦੇ ਨੂੰ ਇੰਨਾ ਬੁਰੀ ਤਰ੍ਹਾਂ ਉਲਝਾ ਲੈਂਦੇ ਆ ਕਿ ਬੰਦਾ ਮੁਲਕ ਵਾਲੇ ਪਾਸੇ ਭੁਗਤ ਜਾਂਦਾ ਤੇ ਸਦਾ ਲਈ ਆਪਦੀ ਕੌਮ ਦੇ ਨਜ਼ਰ ਚ ਡਿੱਗ ਪੈਂਦਾ। ਬੜੇ ਲੋਕ ਨੇ ਜਿਹਨਾਂ ਨੂੰ ਆਪਾਂ ਰਾਸ਼ਟਰਵਾਦੀ ਸਿੱਖ ਕਹਿ ਕੇ, ਭਾਰਤ ਮਾਤਾ ਦੇ ਲਾਲ ਕਹਿ ਕੇ, ਮਾਤਾ ਦਾ ਮਾਲ ਕਹਿ ਕੇ ਉਹਨਾਂ ਨੂੰ ਆਪਾਂ ਟਾਰਗੇਟ ਕਰਦੇ, ਤੇ ਸਾਨੂੰ ਖੁਸ਼ੀ ਆ ਕਿ ਸਾਡੀ ਕੌਮ ਨੇ ਬਹੁਤ ਸਾਰੇ ਕਲਗੀਧਰ ਦੇ ਨਾਲ ਪੈਦਾ ਕੀਤੇ। ਪਰ ਉਹ ਵੀ ਨੇ ਜਿਹਨਾਂ ਨੇ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਸਹੀ ਫੈਸਲਾ ਕੀਤਾ। ਚੇਤੇ ਕਰੋ 1971 ਦੀ ਜੰਗ ਮੌਕੇ ਜਨਰਲ ਸੁਵੇਗ ਸਿੰਘ ਭਾਰਤੀ ਫੌਜ ਦੇ ਵੱਲੋਂ ਬੰਗਲਾਦੇਸ਼ ਆਜ਼ਾਦ ਕਰਾਉਣ ਵਾਲੀ ਉਹ ਸਾਰੀ ਕਾਰਵਾਈ ਦਾ ਹਿੱਸਾ ਬਣਦੇ ਆ।
ਪਰ ਬਾਅਦ ਵਿੱਚ ਉਹੀ 1984 ਮੌਕੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਆਜ਼ਾਦੀ ਦੀ ਖਾਲਿਸਤਾਨ ਦੀ ਪੰਥ ਦੀ ਲੜਾਈ ਆ ਉਹਦੇ ਚ ਵੀ ਹਿੱਸਾ ਲੈਂਦੇ ਆ। ਜਨਰਲ ਲਾਭ ਸਿੰਘ ਪੁਲਿਸ ਸੀ, ਪਰ ਉਹਨੇ ਜਦੋਂ ਧਰਮ ਦੀ ਗੱਲ ਆਈ, ਜਦੋਂ ਪੰਥ ਦੀ ਗੱਲ ਆਈ, ਉਹ ਕੌਮ ਵੱਲ ਆ ਗਿਆ ਤੇ ਉਹਦਾ ਨਾਂ ਬਦਲ ਗਿਆ। ਪਹਿਲਾਂ ਉਹਦਾ ਨਾਂ ਭਾਈ ਸੁਖਦੇਵ ਸਿੰਘ ਸੀ, ਸਰਦਾਰ ਸੁਖਦੇਵ ਸਿੰਘ ਸੀ, ਪਰ ਉਹ ਲਾਭ ਸਿੰਘ ਬਣ ਕੇ ਪੁਲਿਸ ਨੂੰ ਛੱਡ ਕੇ ਇੱਧਰ ਆਇਆ। ਇਵੇਂ ਭਾਈ ਦਲਾਵਰ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ, ਹੋਰ ਬੜੇ ਆ। ਇੱਥੇ ਇੱਕ ਨਰਪਿੰਦਰ ਰਤਨ ਦੀ ਕਿਤਾਬ ਆ ਜਿਹਦੇ ਵਿੱਚ ਉਹ ਲਿਖਦਾ ਕਿ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਵਿੱਚ IAS ਅਫਸਰ ਸੀ ਜਿਹੜੇ ਚੰਡੀਗੜ੍ਹ ਸੈਕਟਰੀਏਟ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਚੱਲਦੀ ਹੈ, ਉਹਨਾਂ ਨੇ ਇੱਕ ਵਾਰੀ ਬੜਾ ਜਲਵਾ ਜਿਹਾ ਦਿਖਾਇਆ ਪਰ ਬੜੀ ਛੇਤੀ ਉਹ ਢਿੱਲੇ ਪੈ ਗਏ। ਸੋ ਅਸਲ ਵਿੱਚ ਗੱਲ ਇਹ ਆ ਕਿ ਜਦੋਂ ਕੋਈ ਸਿਸਟਮ ਦਾ ਹਿੱਸਾ ਬਣ ਜਾਈਏ, ਜਦੋਂ ਆਪਾਂ ਚਾਰ ਪੈਸੇ ਟਕੇ ਵਾਲੇ ਬਣ ਜਾਈਏ, ਜਦੋਂ ਆਪਾਂ ਸੁੱਖ ਰਹਿਣੀ ਜ਼ਿੰਦਗੀ ਜਿਉਣ ਲੱਗ ਜਾਈਏ, ਉਦੋਂ ਫਿਰ ਬੰਦੇ ਦੇ ਫੈਸਲੇ ਕਮਜ਼ੋਰ ਹੋ ਜਾਂਦੇ। ਜਦੋਂ ਸੋਚ ਡੂੰਘੀ ਹੋਈ ਜਾਵੇ ਫੈਸਲੇ ਕਮਜ਼ੋਰ ਹੋ ਜਾਂਦੇ, ਫੈਸਲਾ ਤੱਟ ਫੱਟ ਹੁੰਦਾ। ਜਿਨ੍ਹਾਂ ਨੇ ਉਸ ਮੌਕੇ ਸੋਚਿਆ ਕਿ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਚਲੋ ਬਗਾਵਤ ਕਰੀਏ, ਉਹਨਾਂ ਨੇ ਬਾਹਲਾ ਨਹੀਂ ਸੋਚਿਆ ਤੇ ਕਰ ਦਿੱਤੀ, ਉਹਨਾਂ ਨੇ ਪੰਥ ਨਾਲ ਨਿਭਾਤੀ। ਤੇ ਜਿਨ੍ਹਾਂ ਨੇ ਪੰਥ ਤੇ ਪੰਜਾਬ ਨਾਲ ਨਿਭਾਈ, ਅੱਜ ਉਹ ਸਾਡੀ ਕੌਮ ਦਾ ਹੀਰੋ ਨੇ, ਸਾਡੇ ਨਾਇਕ ਨੇ। ਤੇ ਜਿਨ੍ਹਾਂ ਨੇ ਉਸ ਮੌਕੇ ਦੂਜੇ ਪਾਸੇ ਨਿਭਾਈ, ਉਹਨਾਂ ਨੂੰ ਹਰ ਵੇਲੇ ਵਿਪਤਾ ਪਈ ਰਹਿੰਦੀ ਆ ਵੀ ਪਤਾ ਨੀ ਕਿਹਨੇ ਸਾਨੂੰ ਢਾ ਲੈਣਾ ਤੇ ਸ੍ਰੀ ਸਾਹਿਬ ਫੇਰ ਕੇ ਸਾਡਾ ਗਾਟਾ ਜਾ ਲਾ ਕੇ ਮਸੇ ਰੰਗੜ ਅੱਗੂ ਉਹ ਮਾਰ। ਸੋ ਇਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਪੰਥ ਨਾਲ ਨਿਭਣਾ, ਧਰਮ ਨਾਲ ਨਿਭਣਾ, ਕੌਮ ਨਾਲ ਨਿਭਣਾ। ਤੇ ਜਿਹੜੇ ਸਾਨੂੰ ਘੇਰ ਘੇਰ ਕੇ ਮਤਾਂ ਦਿੰਦੇ ਆ, ਜਿਹੜੇ ਗਦਾਰ ਜਾਂ ਗੁਲਾਮ ਬਿਰਤੀ ਵਾਲੇ, ਪੱਗਾਂ ਵੀ ਬੰਨ ਲੈਣਗੇ, ਗਾਤਰੇ ਵੀ ਪਾ ਲੈਣਗੇ, ਬੜਾ ਕੁਛ ਬਾਣੀ ਦੀਆਂ ਉਦਾਹਰਨਾਂ ਦੇ ਕੇ, ਇਤਿਹਾਸ ਦੀਆਂ ਉਦਾਹਰਨਾਂ ਦੇ ਕੇ ਸਾਨੂੰ ਉਸ ਭਾਰਤੀ ਨਿਜ਼ਾਮ ਦੇ ਵੱਲ ਭਗਤਾਉਂਦੇ ਆ ਜਿਵੇਂ ਮਨਜਿੰਦਰ ਸਰ ਸੋਹਣੀ ਲੱਗੇ ਹੋਏ ਨੇ ਕਿ ਜੀ ਤਾਂ ਬਹੁਤ ਮਾੜਾ ਹੋ ਗਿਆ, ਕਿਵੇਂ ਕਹਿਤਾ ਜੀ ਉਹਨੂੰ ਪੰਜਾਬ ਤੋਂ, ਤਾਂ ਜੀ ਭਾਰਤ ਦਾ ਕਹਿਣਾ ਚਾਹੀਦਾ, ਇੰਡੀਆ ਦਾ ਕਹਿਣਾ ਚਾਹੀਦਾ। ਮਨਜਿੰਦਰ ਸਿੰਘ ਸਰਸੇ ਨੂੰ ਕੀ ਤਕਲੀਫ਼? ਅਸਲ ਵਿੱਚ ਤਕਲੀਫ ਉਹਨੂੰ ਇਹ ਆ ਕਿ ਉਹ BJP ਤੇ RSS ਦੇ ਜਾਂ ਇੰਡੀਅਨ ਸਟੇਟ ਦੀ ਨਜ਼ਰ ਚ ਕੁਛ ਬਣ ਕੇ ਦਿਖਾਉਣਾ ਚਾਹੁੰਦਾ ਕਿ ਮੈਂ ਦੇਖੋ ਜੀ ਸਿੱਖੀ ਅਤੇ ਸਿੱਖਾਂ ਦੇ ਖਿਲਾਫ਼ ਭੁਗਤ ਕੇ ਵੀ ਤੁਹਾਡੇ ਹੱਕ ਚ ਭੁਗਤ ਰਿਹਾ ਤੇ ਮੇਰਾ ਮੁੱਲ ਪਾਓ। ਸੋ ਜਦੋਂ ਇਸ ਤਰੀਕੇ ਦੀ ਬਿਰਤੀ ਵਾਲੇ ਬੰਦੇ ਬੋਲਦੇ ਆ, ਬੋਲਦੇ ਨੀ, ਇਹਨੂੰ ਭੌਂਕਦੇ ਕਹਿੰਦੇ ਆ, ਕਿਉਂਕਿ ਜਦੋਂ ਕੋਈ ਜਿਹੜਾ ਹੈਗਾ ਬੰਦਾ ਕੁੱਤਾ ਬਿਰਤੀ, ਪਰ ਕੁੱਤੇ ਵਰਗਾ ਵਫ਼ਾਦਾਰ ਕੋਈ ਨਹੀਂ। ਇਹਨਾਂ ਲੋਕਾਂ ਨੇ ਸਾਡੇ ਇਤਿਹਾਸ ਦੇ ਵਿੱਚ ਕਿੱਥੇ ਆਪਦਾ ਨਾਂ ਲਿਖਾਉਣਾ, ਉਹ ਇਹਨਾਂ ਦੇ ਹੱਕ ਚ। ਮੈਂ ਇੱਥੇ ਇੱਕ ਗੱਲ ਹੋਰ ਕਹਿੰਦਾ ਹੈ ਕਿ ਹਰੇਕ ਸਿੱਖ ਨੂੰ ਸੱਚੇ ਪਾਤਸ਼ਾਹ ਪੂਰਾ ਖੁੱਲ੍ਹ ਕੇ ਮੌਕਾ ਦਿੰਦੇ ਆ ਵੀ ਤੂੰ ਇੰਡੀਅਨ ਸਟੇਟ ਵੱਲ ਭੁਗਤਣਾ ਕਿ ਪੰਥ ਵੱਲ ਭੁਗਤਣਾ, ਕੋਈ ਜ਼ੁਲਮ ਨਹੀਂ, ਕੋਈ ਧੱਕਾ ਨਹੀਂ, ਕੋਈ ਹੈ ਨੀ, ਤੁਸੀਂ ਜਿੱਧਰ ਭੁਗਤਣਾ ਭੁਗਤ ਲਓ। ਸੋ ਇਸ ਹਿਸਾਬ ਦੇ ਨਾਲ ਇਹ ਮਨਜਿੰਦਰ ਸਿੰਘ ਸਰਸੇ ਉਹਨਾਂ ਦਾ ਕਿਹੜਾ ਗੱਡਾ ਖੜਾ, ਜੇ ਇਹ ਨਾ ਭਕਾਈ ਮਾਰਦਾ ਤਾਂ ਇਹਨੂੰ ਕਿਹੜਾ BJP ਜਾਂ RSS ਵਾਲਿਆਂ ਨੇ ਇਹਦੇ ਮਤਲਬ ਛਿੱਤਰ ਫੇਰ ਕੇ ਇਹਤੋਂ ਕਹਾਉਣਾ ਸੀ, ਪਰ ਉਹ ਲੱਗਿਆ ਰਿਹਾ ਤੇ ਨਤੀਜਾ ਤੁਹਾਡੇ ਸਾਹਮਣੇ ਆ ਕਿ ਅੱਜ ਇੱਕ ਪੂਰਾ ਵਿਵਾਦ ਬਣ ਚੁੱਕਿਆ ਕਿ ਜੀ ਪੰਥ ਅਤੇ ਪੰਜਾਬ ਦੇ ਖਿਲਾਫ਼ ਖੜਨ ਵਾਲੇ ਬੰਦੇ ਆਹ ਨੇ। ਸੋ ਜਿਹੜਾ ਸਾਰਾ ਕੁਛ ਰਲ ਮਿਲ ਕੇ ਸਾਡੀਆਂ ਜੜ੍ਹਾਂ ਪੱਟਣ ਲੱਗਿਆ ਹੋਇਆ, ਉਹਦਾ ਇੱਕ ਪੁਰਜਾ ਮਨਜਿੰਦਰ ਸਰਸਾ ਜਿਹੜਾ ਹੈ ਜਾਂ ਉਹੋ ਜਿਹੇ ਹੋਰ ਲੋਕ ਨੇ, ਉਹਨਾਂ ਦੇ ਬਾਰੇ ਸਾਨੂੰ ਸਪਸ਼ਟਤਾ ਨਾਲ ਪਤਾ ਹੋਣਾ ਚਾਹੀਦਾ। ਔਰ ਇਹ ਵਿਵਾਦ ਜਿਹੜੇ ਨੇ, ਜਦੋਂ ਪਿੱਛੇ ਜੇ ਅਰਸ਼ਦੀਪ ਸਿੰਘ ਕ੍ਰਿਕਟ ਵਾਲੇ ਮੁੰਡੇ ਨੂੰ ਖਾਲਿਸਤਾਨੀ ਕਿਹਾ ਸੀ ਜਾਂ ਹੋਰ ਸੀ, ਇਹ ਇਸ ਮੌਕੇ ਸਾਡੇ ਲਈ ਇੱਕ ਬਹੁਤ ਵਧੀਆ ਗੱਲ ਹੈ ਕਿ ਅਸਲ ਵਿੱਚ ਕੀ ਆ ਵੀ ਹੁਣ ਸਾਰੀ ਦੁਨੀਆਂ ਨੂੰ ਇਹ ਪਤਾ ਲੱਗ ਗਿਆ ਕਿ ਸਿੱਖ ਜਿਹੜੇ ਨੇ ਉਹ ਹਿੰਦੂ ਨਹੀਂ ਹੈਗੇ। ਪਹਿਲਾਂ ਸਿੱਖਾਂ ਨੂੰ ਇੰਡੀਅਨ ਕਿਹਾ ਜਾਂਦਾ ਸੀ, ਹੁਣ ਉਹ ਕਹਿੰਦੇ ਆ ਸਿੱਖ ਤਾਂ ਪੰਜਾਬੀ ਨੇ। ਪੰਜਾਬ ਨੂੰ ਜਾਂ ਪੰਥ ਨੂੰ, ਜਿਹੜਾ ਸਿੱਖ ਹੋਮਲੈਂਡ ਆ ਪੰਜਾਬ, ਉਹਨੂੰ ਇੰਡੀਆ ਗੁਲਾਮ ਬਣਾ ਕੇ ਉੱਥੇ ਦਰੜ ਰਿਹਾ ਇਹਨਾਂ ਨੂੰ, ਇਹ ਗੱਲ ਹੁਣ ਸਾਰੇ ਮੁਲਕਾਂ ਨੂੰ ਪਤਾ ਲੱਗ ਗਈ। ਇਸੇ ਕਰਕੇ ਟਰੂਡੋ ਜਿਹੜਾ ਹੈ ਉਹ ਕਹਿ ਰਿਹਾ ਹੈਗਾ ਕਿ ਪੰਜਾਬ ਦਾ ਮੁੰਡਾ ਹੈਗਾ,
ਦਲਜੀਤ ਸਾਹਿਬ। ਉਹ ਜਦੋਂ ਅੱਜ ਸਾਰੇ ਸੰਸਾਰ ਨੂੰ ਇਹ ਪਤਾ ਲੱਗ ਰਿਹਾ ਕਿ ਪੰਜਾਬ ਹੋਰ ਆ ਤੇ ਭਾਰਤ ਹੋਰ, ਜਦੋਂ ਇਹ ਪਤਾ ਲੱਗ ਰਿਹਾ ਕਿ ਸਿੱਖ ਹੋਰ ਆ ਤੇ ਹਿੰਦੂ ਹੋਰ, ਹੁਣ ਇਸ ਚੀਜ਼ ਨਾਲ ਜਦੋਂ ਇਹ ਗੱਲ ਦਾ ਕਿਸੇ ਤਰੀਕੇ ਨਾਲ ਪ੍ਰਗਟਾਵਾ ਹੁੰਦਾ ਦੁਨੀਆ ਦੇ ਵਿੱਚ, ਇਹ ਗੱਲ ਉੱਭਰਦੀ ਆ ਜਦੋਂ ਟਰੂਡੋ ਵਰਗਾ ਕੈਨੇਡਾ ਦਾ ਰਾਸ਼ਟਰਪਤੀ ਇਹ ਗੱਲ ਕਹਿੰਦਾ ਕਿ ਜੀ ਇਹ ਤਾਂ ਸਿੱਖ ਵਾ ਜਾਂ ਪੰਜਾਬੀ ਆ, ਇਹ ਵੱਖਰੇ ਆ, ਹਿੰਦੂ ਨਹੀਂ ਹੈਗੇ, ਇੰਡੀਅਨ ਨਹੀਂ ਹੈਗੇ, ਤਾਂ ਫਿਰ ਜਿਹੜਾ ਇੰਡੀਅਨ ਸਟੇਟ ਦਾ ਪ੍ਰੋਜੈਕਟ ਚੱਲ ਰਿਹਾ ਕਿ ਸਿੱਖਾਂ ਦਾ ਘਾਣ ਕਰਨਾ, ਸਿੱਖੀ ਦਾ ਭੋਗ ਪਾਉਣਾ, ਵੱਧ ਤੋਂ ਵੱਧ ਆਪਾਂ ਕੇਸਾਧਾਰੀ ਹਿੰਦੂ ਕਹਿ ਕੇ ਵੀ ਇਹ ਹੈ ਤਾਂ ਹਿੰਦੂ ਹੀ ਨੇ ਪਰ ਇਹ ਕੇਸ ਰੱਖ ਲੈਂਦੇ ਆ, ਇੱਥੇ ਕੁ ਤੀਕਰ ਇਹਨਾਂ ਨੂੰ ਮੰਨ ਲਾਂਗੇ। ਹੁਣ ਉਸ ਪ੍ਰੋਜੈਕਟ ਦਾ ਜਿਹੜਾ ਹੈਗਾ ਬਹੁਤ ਵੱਡਾ ਖਰਾਬਾ ਹੁੰਦਾ, ਜਿਹੜਾ ਇਹਨਾਂ ਦਾ ਰੱਥ ਚੱਲ ਰਿਹਾ ਹਿੰਦੂ ਕਵੀ ਰੱਥ, ਉਹਦੇ ਰਾਹ ਵਿੱਚ ਇਹ ਬਹੁਤ ਵੱਡਾ ਪਹਾੜ ਬਣ ਕੇ ਖੜਾ ਹੋ ਜਾਂਦਾ ਇੰਟਰਨੈਸ਼ਨਲ ਲੈਵਲ ਤੇ, ਜਦੋਂ ਸਾਡੇ ਪੰਜਾਬ ਨੂੰ ਜਾਂ ਸਾਡੀ ਸਿੱਖ ਪਛਾਣ ਨੂੰ ਜਿਹੜਾ ਆਇਡੈਂਟੀ ਕ੍ਰਾਈਸਿਸ ਆ ਨਾ, ਸਾਡੀ ਪਛਾਣ ਦਾ ਸੰਕਟ, ਇੰਡੀਅਨ ਸਟੇਟ ਸਿਸਟਮ ਤਾਂ ਸਾਨੂੰ ਕੇਸਾਧਾਰੀ ਹਿੰਦੂ ਗਰਦਾਨਣ ਨੂੰ ਤੁਰੀ ਕਰਦੀ ਹੈ, ਤੇ ਟਰੂਡੋ ਸਾਨੂੰ ਵੱਖਰੀ ਪਛਾਣ ਜਿਹੜੀ ਆ, ਸਿੱਖ ਇੱਕ ਵੱਖਰੀ ਕੌਮ ਆ, ਉਸ ਚੀਜ਼ ਨੂੰ ਰੈਕੋਗਨਾਈਜੇਸ਼ਨ ਦੇ ਰਿਹਾ ਹੋਵੇ, ਪੰਜਾਬ ਨੂੰ ਵੱਖਰੀ ਪਛਾਣ ਵਜੋਂ ਮਾਨਤਾ ਦੇ ਰਿਹਾ ਹੋਵੇ, ਵੀ ਚੀਕਾਂ ਤਾਂ ਪੈਣਗੀਆਂ। ਪਰ ਇਹ ਗੱਲ ਕੋਈ ਨਵੀਂ ਨਹੀਂ ਹੈ, ਜਿਹੜੇ ਸੋਚਦੇ ਆ ਨਾ ਕਿ ਖਰੀ ਹੁਣੇ ਹੀ ਬਿਮਾਰੀ ਪਈ ਆ, ਇਹ ਬਿਮਾਰੀ ਤਾਂ ਮਾਸਟਰ ਤਾਰਾ ਸਿੰਘ ਨੂੰ ਇੱਕ ਵਾਰੀ ਘੇਰ ਲਿਆ ਸੀ, ਤੇ ਬਹੁਤੀ ਵਾਰ ਸਾਡੀ ਲੀਡਰਸ਼ਿਪ ਆ ਜਿਹੜੀ ਜਾਂ IAS IPS ਅਫਸਰ ਨੇ ਸਾਡੇ ਖਾਸ ਤੌਰ ਤੇ, ਜਿਹਨਾਂ ਨੂੰ ਮਤਲਬ ਬਹੁਤ ਵੱਡੇ, ਜਦੋਂ ਆਪਾਂ ਘਰਾਂ ਦੀਆਂ ਤਖਤੀਆਂ ਦੇ ਬਾਹਰ ਲਿਖਿਆ ਹੋਇਆ ਦੇਖਦੇ ਹਾਂ ਬਈ ਫਲਾਨਾ ਸਿੰਘ IAS, ਫਲਾਨਾ ਜੱਜ, ਇਹ ਜਿਹੜੇ ਤੋਪਾਂ ਨੇ ਜਿਹਨਾਂ ਦੀ ਨਜ਼ਰ ਚ, ਜਦੋਂ ਉਹਨਾਂ ਦੇ ਬਾਰੇ ਜਦੋਂ ਵੀ ਉਹਨਾਂ ਨੂੰ ਪੁੱਛਿਆ ਜਾਂਦਾ, ਉਹਨਾਂ ਨੂੰ ਧਰਮ ਨਾਲੋਂ ਵੱਧ ਮੁਲਕ ਦਾ ਫਿਕਰ। ਪਰ ਮਾਸਟਰ ਤਾਰਾ ਸਿੰਘ ਜਿਹਨੂੰ ਆਪਾਂ ਸਾਰੇ ਸਭ ਤੋਂ ਵੱਧ ਨਿੰਦਦੇ ਭੰਡਦੇ ਹਾਂ, ਤੇ ਉਹ ਉਸ 1947 ਦੇ ਵਰਤਾਰੇ ਕਰਦੇ, ਇੱਕ ਵਾਰ ਉਹਨੂੰ ਜਦੋਂ ਪੁੱਛਿਆ ਗਿਆ ਤਾਂ ਉਹਨੇ ਠੋਕ ਵਜਾ ਕੇ ਕਿਹਾ ਵੀ ਮੇਰਾ ਦੇਸ਼ ਉਹ ਆ ਜਿੱਥੇ ਪੰਥ ਵੱਸਦਾ, ਪੰਥ ਦੀ ਖਾਤਰ ਮੈਂ ਦੇਸ਼ ਛੱਡਣ ਨੂੰ ਤਿਆਰ ਹਾਂ, ਦੇਸ਼ ਦੀ ਖਾਤਰ ਪੰਥ ਨੂੰ ਪੰਥ ਛੱਡਣ ਨੂੰ ਤਿਆਰ ਨਹੀਂ ਹਾਂ। ਇਹ ਗੱਲ ਪੱਕੀ ਸਮਝੋ ਕਿ ਮੇਰੇ ਲਈ ਪਹਿਲਾ ਦੂਜਾ ਤੀਜਾ ਸਭ ਕੁਝ ਪੰਥ ਹੀ ਹੈ, ਦੇਸ਼ ਤਾਂ ਮੇਰਾ ਹਿੰਦੁਸਤਾਨ ਤਦ ਹੈ ਜੇ ਪੰਥ ਇੱਥੇ ਵੱਸਦਾ। ਸੋ ਅਸਲੀ ਗੱਲ ਇਹ ਹੈ ਕਿ ਚਾਹੇ ਕੈਨੇਡਾ ਚ ਹੋਈਏ, ਅਮਰੀਕਾ ਚ ਹੋਈਏ, ਇੰਗਲੈਂਡ ਚ ਹੋਈਏ, ਸਾਡੇ ਲਈ ਪੰਥ ਪ੍ਰਥਮ ਹੋਣਾ ਚਾਹੀਦਾ। ਪੰਥ ਨੂੰ ਪ੍ਰਥਮ ਮੰਨਾਂਗੇ ਤਾਂ ਹਰ ਮੁਲਕ ਦੇ ਵਿੱਚ ਸਾਡੀ ਇੱਜ਼ਤ ਹੋਊਗੀ, ਹਰ ਮੁਲਕ ਦੇ ਲੋਕ ਸਾਡੇ, ਇੰਡੀਆ ਚ ਨਹੀਂ ਹੋਣੀ, ਇੰਡੀਆ ਦੇ ਵਿੱਚ ਕਾਮਰੇਡ ਤੇ ਹਿੰਦੂ ਤਵੀਆਂ ਨੂੰ ਉਹ ਸਿੱਖ ਬਹੁਤ ਭੈੜਾ ਲੱਗਦਾ ਜਿਹੜਾ ਆਪਦੇ ਧਰਮ ਚ ਪਰਪੱਕ ਆ, ਜਿਹੜਾ ਕਾਮਰੇਡ ਕਾਮ ਕਮਿਊਨਿਸਟ ਵਿਚਾਰਧਾਰਾ ਵਿੱਚ ਪੂਰੀ ਪਰਪੱਕਤਾ ਨਾਲ ਚੱਲ ਰਿਹਾ ਹੋਵੇ ਉਹਨੂੰ ਕਾਮਰੇਡ ਬਹੁਤ ਹੀਰੋ ਮੰਨਦੇ, ਮੰਨਣਾ ਵੀ ਚਾਹੀਦਾ ਕਾਮਰੇਡ ਆ ਤੇ ਕਾਮਰੇਡ ਵਿਚਾਰਧਾਰਾ ਚ ਪਹਿਰਾ ਦੇ ਰਿਹਾ, ਵਧੀਆ ਗੱਲ। ਜੇਕਰ ਕੋਈ ਹਿੰਦੂ ਕੋਈ ਬ੍ਰਾਹਮਣ ਆਪਦੇ ਧਰਮ ਚ ਪਰਪੱਕ ਹੋਵੇ ਤਾਂ ਉਹਨੂੰ ਹਿੰਦੂ ਤਵੀਏ ਬਹੁਤ ਪਿਆਰ ਕਰਦੇ, ਮੈਨੂੰ ਇਸ ਗੱਲ ਚ ਕਹਿਣ ਚ ਕੋਈ ਉਜਰ ਨਹੀਂ ਕਿ ਅਸੀਂ ਵੀ ਇਸੇ ਤਰ੍ਹਾਂ ਦੇ ਹਾਂ, ਜੇਕਰ ਕੋਈ ਮੁਸਲਮਾਨ ਆਪਦੇ ਧਰਮ ਚ ਪਰਪੱਕ ਆ ਸਾਨੂੰ ਵਧੀਆ ਲੱਗਦਾ। ਮੈਂ ਅਕਸਰ ਦੇਖਦਾ ਜੇ ਕੋਈ ਕਿਸੇ ਥਾਂ ਦੇ ਉੱਤੇ ਨਮਾਜ਼ ਪੜ੍ਹ ਰਿਹਾ ਹੋਵੇ ਮੁਸਲਮਾਨ, ਸਾਨੂੰ ਚੰਗਾ ਲੱਗਦਾ ਕਿ ਸ਼ੁਕਰ ਆ ਯਾਰ ਆਪਦੇ ਧਰਮ ਚ ਪਰਪੱਕ ਵਾ। ਇਵੇਂ ਕੋਈ ਈਸਾਈ ਹੋਵੇ, ਕੋਈ ਬੋਧੀ ਜੈਨੀ ਹੋਵੇ, ਕੋਈ ਹੋਰ ਹੋਵੇ, ਕੋਈ ਵੀ ਬੰਦਾ ਆਪਦੇ ਧਰਮ ਚ ਪਰਪੱਕ ਹੋਵੇ, ਈਵਨ ਕਿ ਹਿੰਦੂ ਵੀ ਹੋਵੇ, ਸਾਨੂੰ ਵਧੀਆ ਲੱਗਦਾ। ਅਸੀਂ ਮਾੜੇ ਨਹੀਂ ਹੈਗੇ, ਸਾਨੂੰ ਗੁਰੂ ਸਾਹਿਬ ਨੇ ਬੜੇ ਚੰਗੇ ਖਿਆਲਾਂ ਵਾਲੇ ਬਣਾਇਆ, ਅਸੀਂ ਬਹੁਤ ਵਧੀਆ ਬੰਦੇ। ਉਹ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਅਸੀਂ ਇੰਨੇ ਸੰਕੀਰਨ ਨਹੀਂ ਹੈਗੇ। ਪਰ ਕਾਮਰੇਡ ਤੇ ਹਿੰਦੂ ਤਰੀ ਇਸ ਗੱਲ ਤੇ ਇੱਕ ਜੁੱਟ ਨੇ
ਬਈ ਜੇਕਰ ਕੋਈ ਸਿੱਖ ਆਪਦੇ ਧਰਮ ਚ ਪ੍ਰਪਾਕਾ ਉਹ ਬਹੁਤ ਮਾੜਾ ਹੁੰਦਾ, ਬਹੁਤ ਭੈੜਾ ਹੁੰਦਾ। ਹੁਣ ਇੱਕ ਪਾਸੇ ਤਾਂ ਅੰਗਰੇਜ਼ ਆ, ਜਦੋਂ ਉਹਨੇ 1849 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਲਤਨਤ ਨੂੰ, ਅੰਪਾਇਰ ਨੂੰ ਕਬਜ਼ੇ ਚ ਕਰ ਲਿਆ, ਉਸ ਤੋਂ ਬਾਅਦ ਵਿੱਚ ਸਿੱਖ ਫੌਜੀਆਂ ਨੂੰ ਦਾੜੇ ਦਸਤਾਰ ਜਾਂ ਅੰਮ੍ਰਿਤ ਛਕਾਉਣ ਤੱਕ ਜਾਂ ਪੱਗਾਂ ਸਮੇਤ ਸਾਰਾ ਕੁਛ ਸਿੱਖ ਮਰਿਆਦਾ ਵਿੱਚ ਉਹਨਾਂ ਨੂੰ ਰੱਖਣ ਚ, ਵੀ ਜੇ ਆਪਦੇ ਧਰਮ ਚ ਪ੍ਰਪੱਕ ਰਹਿਣਗੇ ਤਾਂ ਸਾਡੇ ਵੀ ਕੰਮ ਦੇ ਆ, ਜਿਹੜਾ ਧਰਮ ਜਿਹਨੇ ਆਪਦੇ ਪ੍ਰਪੱਕ ਉਹਨੇ ਸਾਡੇ ਕੰਮ ਦੇ ਕੀ ਰਹਿਣ। ਸੋ ਇਹ ਗੱਲ ਸਾਡੇ ਬੜੇ ਵਾਰ ਸਾਹਮਣੇ ਆਈ ਆ ਵੀ ਜਿਹੜਾ ਫਿਫਟੀ ਕਹਿੰਦੇ ਆਪਾਂ ਥੱਲੇ ਦੀ ਆ ਜਿਹੜੀ ਛੋਟੀ ਆਪਾਂ ਕਹਿੰਦੇ ਆ, ਇਹ ਕੀ ਆ? ਉਹ ਕਹਿੰਦੇ ਵੀ ਜਦੋਂ ਸਿੱਖਾਂ ਨੂੰ ਫੌਜ ਵਿੱਚ ਦਸਤਾਰ ਦਿੱਤੀ ਗਈ, ਉਹ ਕਹਿੰਦੇ ਵੀ ਇੱਕ ਉਹ ਬੰਨਣ ਨਾ, ਉਹ ਕਹਿੰਦੇ ਤੁਸੀਂ ਬੰਨੀ ਨੀ, ਉਹ ਕਹਿੰਦੇ ਵੀ ਇੱਕ ਪੂਰੀ ਪੱਗ, ਜੇ ਦੁਮਾਲੇ ਬੰਨਦੇ ਆ, ਦੂਰੀ ਪੱਗ ਹੁੰਦੀ ਆ ਸਾਡੀ, ਇੱਕ ਵੱਡੀ ਪੂਰੀ ਫੁੱਲ ਪੱਗ ਹੁੰਦੀ ਆ ਜਿੰਨੇ ਮੀਟਰ ਦੀ, 5 ਮੀਟਰ ਦੀ ਜਾਂ 7 ਮੀਟਰ ਦੀ, 8 ਮੀਟਰ ਦੀ ਜਿੰਨੀ ਕੋਈ ਬੰਨਦਾ, ਇੱਕ ਉਹਦੇ ਨਾਲੋਂ ਅੱਧੀ ਛੋਟੀ ਪੱਗ ਹੁੰਦੀ ਆ 50%, ਉਹ ਸਾਡੀ ਹੇਠਾਂ ਹੁੰਦੀ ਆ। ਸੋ ਉਹਨੂੰ ਫਿਰ 50 ਕਹਿੰਦੇ ਆ, ਜਿਹੜੀ ਆ ਥੱਲੇ ਦੀ ਦੇਖਣੀ ਚਾਹੀਦੀ ਆ। ਤੋ ਇਹ ਜਿਹੜੀ 50 ਆ, ਇਹ ਫਿਰ ਉਹਨੂੰ ਕਹਿੰਦੇ ਵੀ ਆਹ ਤੇਰੀ ਫੁੱਲ ਪੱਗ ਆ ਤੇ ਆਹ 50 ਜਿਹੜੇ ਬਾਕੀ ਦੇ ਹਿੱਸਾ ਦੇ ਰੱਬ ਉਹਦੇ ਥੱਲੇ ਦੇ ਬਣ। ਤੋ ਇਹ ਸਾਡੀ ਜਿਹੜੀ ਦਸਤਾਰ ਸੀ ਇਹਦੇ ਪਿੱਛੇ ਇਹ ਵੀ ਗੱਲਾਂ ਨੇ ਕਿ ਜਦੋਂ ਔਰੰਗਜ਼ੇਬ ਨੇ ਇਹ ਹੁਕਮ ਕੀਤਾ ਕਿ ਭਾਰਤ ਵਿੱਚ ਕੋਈ ਦਸਤਾਰ ਨਹੀਂ ਬੰਨ ਸਕਦਾ, ਕੋਈ ਜੋੜੀ ਜੋੜੀ ਭਾਵ ਜੁੱਤੀ ਤੇ ਕੋਈ ਘੋੜੀ ਤੇ ਨਹੀਂ ਚੜ੍ਹ ਸਕਦਾ, ਸ਼ਸਤਰ ਨਹੀਂ ਰੱਖ ਸਕਦਾ, ਧਾਤ ਦੇ ਭਾਂਡੇ ਨਹੀਂ ਵਰਤ ਸਕਦਾ, ਇਹੋ ਜਿਹੇ ਬੜੇ ਕਹਿੰਦੇ ਆ ਵੀ ਉਹਨੇ ਐਲਾਨ ਕੀਤੇ ਜਿਹੜੇ ਕੱਟੜਵਾਦੀ ਐਲਾਨ ਸੀ। ਪਰ ਉਹਦੇ ਸਾਹਮਣੇ ਹਿੰਦੂ ਤਾਂ ਵਿਚਾਰੇ ਨੀਵੀਂ ਪਾ ਕੇ ਦਿਨ ਕੱਟ ਸਕਦੇ ਸੀ, ਪਰ ਗੁਰੂ ਪਾਤਸ਼ਾਹ ਨੇ ਸਾਨੂੰ ਆਜ਼ਾਦ ਬਿਰਤੀ ਵਾਲੇ ਚੜ੍ਹਦੀ ਕਲਾ ਵਾਲੇ ਬਣਾਇਆ। ਸੋ ਦਸ਼ਮੇਸ਼ ਪਾਤਸ਼ਾਹ ਨੇ ਫਿਰ ਖਾਲਸਾ ਪੰਥ ਦੀ ਸਾਧਨੇ ਇਹ ਹਿਸਾਬ ਨਾਲ ਕੀਤੀ ਵੀ ਤੂੰ ਪੱਗ ਦੀ ਗੱਲ ਕਰਨਾ ਸਾਡੇ ਤਾਂ ਦੂਰੀਆਂ ਸਜਾਇਆ ਕਰਨਗੇ, ਤੂੰ ਸ਼ਾਸਤਰ ਦੀ ਗੱਲ ਕਰਦਾ ਸੀ ਤਾਂ ਕਕਾਰਾਂ ਜੀ ਸ਼ਾਸਤਰ ਬਦਲਾ ਕਿਰਪਾਨ ਪੱਕੀ ਰੱਖਿਆ ਕਰਨਗੇ, ਤੇ ਜਿਹੜੀ ਤੂੰ ਕਹਿੰਦਾ ਜੋੜੀ ਜੋੜੀ ਪੱਕੀ, ਸਾਡੇ ਹਰੇਕ ਬੰਦਾ ਜੋੜੀ ਰੱਖੂ ਘੋੜੀ ਰੱਖੂਗਾ। ਸੋ ਜਿਹੜਾ ਸਾਡੇ ਧਰਮ ਦਾ ਪ੍ਰਸੰਗ ਆ, ਇਹ ਸਾਨੂੰ ਬਹੁਤ ਹੀ ਉੱਚੀਆਂ ਸੁੱਚੀਆਂ ਰਵਾਇਤਾਂ ਨਾਲ ਅੰਦਰਲੀਆਂ ਬਿਰਤੀਆਂ ਮਜ਼ਬੂਤ ਕਰਦਾ ਹੈ। ਇਹ ਬੜੀ ਵੱਡੀ ਗੱਲ ਆ ਸਾਡੇ ਧਰਮ ਦੇ ਫਲਸਫੇ ਦੇ ਉੱਤੇ, ਜਿਹੜਾ ਮਾਣ ਕਰਨ ਵਾਲੀ ਗੱਲ ਆ, ਉਹ ਸਾਨੂੰ ਇਸ ਗੱਲ ਦੇ ਉੱਤੇ ਸਾਡੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਭਾਰੀ ਲੋੜ ਹੈ ਕਿ ਅਸੀਂ ਆਪਦੇ ਬੱਚਿਆਂ ਨੂੰ ਦੱਸੀਏ ਕਿ ਸਿੱਖ ਹੋਣ ਤੇ ਮਾਣ। ਇੱਕ ਤਾਂ ਆਹ ਕਹਿੰਦੇ ਆ ਨਾ ਵੀ ਆਰ ਪ੍ਰਾਊਡ ਟੂ ਬੀ ਹਿੰਦੂ, ਉਹ ਪਤਾ ਨੀ ਕਿਵੇਂ ਮਾਣ ਕਰਨਾ ਉਹਨਾਂ ਨੇ, ਕਾਹਦਾ ਕਰਨਾ ਉਹਨਾਂ ਦਾ ਸਾਰਾ ਕੁਝ, ਉਹ ਦੇਖੀਦਾ ਮੈਂ ਤਾਂ ਸ਼ਰਮ ਆਉਂਦੀ ਆ ਵੀ ਇਹ ਧਰਮ ਦੇ ਹੀ ਜਾਂਦੇ ਆ। ਪਰ ਚਲੋ ਅਗਲਿਆਂ ਦਾ ਜੋ ਹੈਗਾ, ਪਰ ਇੱਧਰ ਆਪਣੇ ਵਾਲੇ ਪਾਸੇ ਤਾਂ ਹਰ ਸੱਚੀ ਸੁੱਚੀ ਤੇ ਉੱਚੀ ਸੋਚ ਆ ਜਿਹੜੀ ਸੰਕਲਪ ਆ ਸਿਧਾਂਤ ਨੇ ਇਤਿਹਾਸ ਬੜਾ ਮਾਣਤਾਣਾ। ਸੋ ਇਸ ਗੱਲ ਵੱਲ ਸਾਡੇ ਅੱਜ ਦੇ ਸਮੇਂ ਚ, ਕਿਉਂਕਿ ਆਹ ਕੰਪਿਊਟਰ ਦਾ ਯੁੱਗ ਆ ਗਿਆ, ਖਾਸ ਤੌਰ ਤੇ ਆ ਰੀਲਾਂ ਵਾਲਾ ਜਿਹੜਾ ਜ਼ਮਾਨਾ, ਇਹ ਚ ਮੁੰਡੇ ਕੁੜੀਆਂ ਨੂੰ ਕਰਾਹੇ ਪਾਉਣ ਲਈ ਬਹੁਤ ਕੁਝ ਕੀਤਾ ਜਾ ਰਿਹਾ, ਪਰ ਸਾਨੂੰ ਚਾਹੀਦਾ ਕਿ ਅਸੀਂ ਆਪਦੇ ਬੱਚਿਆਂ ਨੂੰ ਇਸ ਗੱਲ ਨਾਲ ਜੋੜੀਏ। ਖੈਰ, ਜਦੋਂ ਵੀ ਸਾਡੀ ਕੌਮ ਨੂੰ ਪਰਖ ਦੀ ਘੜੀ ਚ ਪਾਇਆ ਗਿਆ, ਬਹੁਤੀ ਵਾਰ ਅਸੀਂ ਸਾਬਤ ਕਦਮੇ ਹੋ ਕੇ, ਜਿਵੇਂ ਆ ਮਾਸਟਰ ਤਾਰਾ ਸਿੰਘ, ਉਹਦੀ ਆਪਾਂ ਕਿੰਨੀ ਨਿਖੇਧੀ ਕਰਦੇ ਹਾਂ, ਪਰ ਉਹਨੇ ਵੀ ਕਹਿਤਾ ਕਿ ਮੇਰੇ ਲਈ ਮੇਰਾ ਪੰਥ ਪ੍ਰਥਮ। ਸੋ ਇਹ ਜਿਹੜੀ ਗੱਲ ਆ ਕਿ ਪੰਥ ਪ੍ਰਥਮ ਆ, ਪੰਜਾਬ ਪ੍ਰਥਮ ਆ, ਜੇਕਰ ਅਸੀਂ ਇਸ ਬਿਰਤੀ ਤੇ ਪਹਿਰਾ ਦੇਵਾਂਗੇ ਤਾਂ ਫਿਰ ਸਰਸੇ ਵਾਲੇ ਅਰਗੇ ਮੋਦੀ ਹੁਣੀ ਜਾਂ ਹੋਰ ਲੱਲੜ ਪੱਲੜ ਜਿੰਨਾ ਮਰਜ਼ੀ ਪਿੱਟੀ ਪੁੱਟੀ ਜਾਣ, ਫਿਰ ਆਪਣੀ ਆਪਾਂ ਲਈ ਦੇਣੀ, ਜਿਹਨੂੰ ਆਪਾਂ ਕਹਿੰਦੇ ਹਾਂ ਨਾ ਵੀ ਮਤਲਬ ਗੱਲ ਬਣੀ ਪਈ ਆ। ਇਹਦੇ ਨਾਲ ਦੁਨੀਆ ਭਰ ਦੇ ਵਿੱਚ ਸਾਡਾ ਸਤਿਕਾਰ ਵੀ ਵਧੂਗਾ। ਅਸਲ ਵਿੱਚ 1984 ਤੋਂ ਪਹਿਲਾਂ ਤਾਂ ਦੁਨੀਆ ਭਰ ਦੇ ਵਿੱਚ ਸਾਡੇ ਬਾਰੇ ਵਹਿਮ ਸੀ ਵੀ ਹੈ ਤਾਂ ਇੰਡੀਅਨ ਹੀ ਨੇ, ਹੁਣ ਸਭ ਨੂੰ ਪਤਾ, ਤੇ ਸਾਡਾ ਇਹਦੇ ਨਾਲ ਖਾਲਿਸਤਾਨ ਦਾ ਕੇਸ ਮਜ਼ਬੂਤ ਹੋਊਗਾ। ਜਿਹੜਾ ਮਨਜਿੰਦਰ ਸਿੰਘ ਸਰਸੇ, ਉਹਨਾਂ ਦੀਆਂ ਲੇਰਾਂ ਪੈਂਦੀਆਂ ਨੇ ਨਾ, ਉਹ ਆਪਦੇ ਮਾਲਕ ਦੇ ਆਪਦੇ ਜਿਹੜਾ ਉਹਦਾ ਹਾਕਮ ਹੈ ਉਹਦੇ ਹਿੱਤਾਂ ਨੂੰ ਸੱਟ ਵੱਜਦੀ ਦੇਖ ਕੇ ਵੀ ਤਾਂ ਖਾਲਿਸਤਾਨ ਬਣਨ ਵਾਲੇ ਪਾਸੇ ਜਾ ਰਹੀ ਹੈ ਗੱਲ।
ਸੋ ਉਹਨਾਂ ਨੂੰ ਬੜਾ ਚੰਗੀ ਤਰ੍ਹਾਂ ਪਤਾ ਤੇ ਅੱਜ ਨਿੱਕੀ ਨਿੱਕੀ ਗੱਲ ਤੇ ਪਹਿਲਾਂ ਵੱਡੀ ਵੱਡੀ ਗੱਲ ਵੀ ਹੋ ਜਾਂਦੀ ਸੀ। ਸਾਡੇ ਜਿਹੜੇ ਪਿਛਲੇ ਬੰਦੇ ਸੀ ਜਦੋਂ ਆਹ ਮਾਰਦੇ ਆ ਕਈ ਗੱਲਾਂ ਵੀ ਸਿੱਖਾਂ ਦੀ ਬੜੀ ਇੱਜ਼ਤ ਹੁੰਦੀ ਸੀ ਤੇ ਮੈਂ ਕੁਲਵੀਰ ਸਿੰਘ ਕੌੜੇ ਵਾਲੀ ਕਿਤਾਬ ਆ ਜਿਹੜੀ ਸਿੱਖ ਵੀ ਨਿਕਲਿਆ ਗਿਆ ਉਹ ਮੂਹਰੇ ਕਰ ਦਿੰਦਾ ਹੁੰਦਾ ਵੀ ਆਹ ਪੜ੍ਹ ਲਓ। ਉਹਨੇ ਇੱਕ ਲੇਖ ਪੂਰਾ ਇਹੋ ਜਿਹੀਆਂ ਗੱਲਾਂ ਤੇ ਲਿਖ ਕੇ ਫਿਰ ਉਹਨੇ ਕਿਹਾ ਵੀ ਦੱਸੋ ਤਾਂ ਸਹੀ ਕਦੋਂ ਆਉਂਦੀ ਸੀ ਇੱਜ਼ਤ। ਇੰਡੀਆ ਨੇ ਹਿੰਦੂ ਨੇ ਤੁਹਾਡੇ ਜੁੱਤੀਆਂ ਮਾਰੀਆਂ ਸਰ ਤੇ ਤੁਸੀਂ ਐਵੇਂ ਚਾਹਵਦੇ ਫਿਰਦੇ ਜੀ ਅਗਲੇ ਪੰਪ ਮਾਰ ਦਿੰਦੇ ਸੀਗੇ ਵੀ ਇਹ ਤਾਂ ਜੀ ਇਹਨਾਂ ਦੇ ਹੁੰਦੇ ਆ। ਆਪਾਂ ਜਦੋਂ ਆਹ ਫੜਾ ਜੀਆਂ ਮਾਰਦੇ ਆ ਬਈ ਜੀ ਫੌਜ ਦੂਜੇ ਜਿਹੜੇ ਸੀਗੇ ਨਾਲੇ ਉਹ ਬੱਸ ਚੜ੍ਹ ਕੇ ਦੇਖਦੇ ਸੀਗੇ ਵੀ ਕੋਈ ਸਰਦਾਰ ਬੈਠਾ ਫਿਰ ਉਹ ਆਪਦੀ ਧੀ ਭੈਣ ਨੂੰ ਚੜਾ ਦਿੰਦੇ ਸੀਗੇ ਵੀ ਹੁਣ ਕੋਈ ਖਤਰਾ ਨਹੀਂ ਤੇ ਆਪਾਂ ਫਿਰ ਬਾਡੀ ਗਾਰਡ ਹੀ ਲੱਗੇ ਰਹੇ ਸੀ। ਆ ਕੱਲ ਪਰਸੋਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਸ਼ਾਹਰੁਖ ਖਾਨ ਤੇ ਹੋਰ ਕੁਛ ਜਿਹੜੇ ਕਲਾਕਾਰ ਨੇ ਉਹ ਹੋਟਲ ਚੋਂ ਨਿਕਲ ਰਹੇ ਨੇ 6 ਫੁੱਟਾ ਜਵਾਨ ਸਰਦਾਰ ਉਹਨਾਂ ਨੂੰ ਮਤਲਬ ਵੈਲਕਮ ਕਰ ਰਿਹਾ ਸਲਾਮੀਆਂ ਜਿਹੀਆਂ ਦੇ ਰਿਹਾ। ਉਹਦੀ ਤਾਂ ਚਲੋ ਨੌਕਰੀ ਆ ਪਰ ਸਾਡਾ ਉਹਦੇ ਚ ਮਰਨ ਹੋਇਆ ਪਿਆ ਸੀ ਕਿਉਂਕਿ ਸਰਦਾਰ ਕਪੂਰ ਸਿੰਘ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜੇ ਸਿੱਖਾਂ ਨੇ ਰਾਜ ਭਾਗ ਨਾ ਲਿਆ ਤਾਂ ਸਿੱਖਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਹੋਟਲਾਂ ਦੇ ਦਰਬਾਰ ਹੋਣਗੀਆਂ ਜਾਂ ਲਾਲਿਆਂ ਦੀਆਂ ਮਹਿੰਗੀਆਂ ਵਿਦੇਸ਼ੀ ਕਾਰਾਂ ਦੇ ਡਰਾਈਵਰ ਹੋਵਾਂਗੇ ਤੇ ਅਸੀਂ ਉਸ ਪਾਸੇ ਨੂੰ ਤੁਰ ਰਹੇ ਹਾਂ ਕਿਉਂਕਿ ਸਾਡਾ ਰਾਜ ਭਾਗ ਇਸ ਮੌਕੇ ਨਹੀਂ। ਮੈਨੂੰ ਵਧੀਆ ਇਸ ਗੱਲ ਉਹ ਵੀਡੀਓ ਦੇਖ ਕੇ ਲੱਗਿਆ ਵੀ ਸਾਡੇ ਬਹੁਤ ਸਾਰੇ ਨੌਜਵਾਨ ਹੇਠਾਂ ਇਹ ਗੱਲ ਕਹਿ ਰਹੇ ਸੀਗੇ ਵੀ ਆਹ ਆਇਆ ਗੁਲਾਮੀ ਇਸ ਗੁਲਾਮੀ ਕਰਕੇ ਆਪਾਂ ਇਹ ਜੇ ਕੰਮ ਚ ਪੈ ਰਹੇ ਆਪਣੇ ਬੰਦੇ ਨਹੀਂ ਇੰਨੇ ਸੋਹਣੇ ਸੁਨੱਖੇ ਬੰਦੇ ਜੇ ਆਪਣਾ ਰਾਜ ਹੋਵੇ ਆਪਾਂ ਇਹ ਕੰਮ ਕਰੀਏ। ਇਸ ਤੋਂ ਅਗਲੀ ਗੱਲ ਇਹ ਕੰਮ ਜਾਂ ਇਹੋ ਜਿਹਾ ਕੋਈ ਵੀ ਕੰਮ ਮਾੜਾ ਨਹੀਂ ਪਰ ਜੇ ਆਪਦਾ ਰਾਜ ਹੋਵੇ ਫਿਰ ਉਹਦੀ ਠੋਕੀ ਹੋਰ ਹੁੰਦੀ ਆ ਫਿਰ ਬੰਦਾ ਕਹਿੰਦਾ ਵੀ ਗੱਲ ਹੀ ਕੋਈ ਮਤਲਬ ਫਿਰ ਤਾਂ ਜਿਹੜਾ ਆਜ਼ਾਦ ਆ ਨਾ ਉਹ ਬਿਲਕੁਲ ਭੁੰਜੇ ਪਿਆ ਹੋਵੇ ਆਜ਼ਾਦ ਬੰਦਾ ਉਹਦੀ ਟੌਹਰ ਹੀ ਹੋਰ ਹੁੰਦੀ ਤੇ ਜੇਕਰ ਕੋਈ ਗੁਲਾਮ ਆ ਚਾਹੇ ਉਹਨੂੰ ਤਖ਼ਤ ਤੇ ਬਿਠਾ ਦਿਓ ਜਿਵੇਂ ਗਿਆਨੀ ਜੈਲ ਸਿੰਘ ਜਾਂ ਮਨਮੋਹਨ ਸਿੰਘ ਵੱਡੇ ਵੱਡੇ ਅਹੁਦਿਆਂ ਤੇ ਰਹੇ ਨੇ ਪਰ ਉਹ ਗੁਲਾਮ ਸੀ ਗੁਲਾਮ ਭਾਰਤ ਦੇ ਵਿੱਚ ਗੁਲਾਮ ਹਾਕਮ ਸੀਗੇ ਉਹਨੂੰ ਕਹੀ ਚੱਲੋ ਵੀ ਸਿੱਖ ਸੀ ਉਹ ਫਲਾਣ ਸੀ ਭੀ ਸੀ ਆਪਦੀ ਭਗਾਈ ਮਾਰਨੀ ਆਪਾਂ ਬਾਹਰ ਹੀ ਚੱਲੋ ਪਰ ਸੱਚਾਈ ਤਾਂ ਆਪਣੇ ਸਾਹਮਣੇ। ਖੈਰ ਗੱਲ ਇਹ ਹੈ ਕਿ ਪੰਜਾਬ ਅਤੇ ਪੰਥ ਦੇ ਵੱਖਰੇਪਣ ਦੇ ਦਿਨੋਂ ਦਿਨ ਬੁਲੰਦ ਹੋਣ ਦੀ ਜਿਹੜੀ ਖੇਡ ਚੱਲ ਰਹੀ ਹੈ ਵੱਖਰੇਪਣ ਦੀ ਜਿਹਦੇ ਵਿੱਚੋਂ ਸਿੱਖ ਇੱਕ ਵੱਖਰੀ ਕੌਮ ਹੈ ਇਹ ਸਿਧਾਂਤ ਵੀ ਪ੍ਰਗਟ ਹੋ ਰਿਹਾ। ਪੰਜਾਬ ਜਿਹੜਾ ਭਾਰਤ ਤੋਂ ਵੱਖਰਾ ਹੈ ਇਹ ਸਿਧਾਂਤ ਪ੍ਰਗਟ ਹੋ ਰਿਹਾ। ਖਾਲਿਸਤਾਨ ਦੇ ਸੰਘਰਸ਼ ਨੂੰ ਦਿਨੋ ਦਿਨ ਬਲ ਮਿਲ ਰਿਹਾ। ਹਰ ਨਿੱਕੀ ਨਿੱਕੀ ਗੱਲ 'ਚ ਜਦੋਂ ਲਾਲੇ ਪਿੱਟਦੇ ਆ ਕਿ ਇਹ ਖਾਲਿਸਤਾਨੀ ਹੈ ਫਲਾਨਾ ਚੀਕਾਂ ਨਾ ਮਾਰਿਆ ਕਰੋ ਕਿਹਾ ਕਰੋ ਹਾਂ ਦੇਖਿਆ ਗੱਲ ਬਣ ਰਹੀ ਹੈ। ਸੋ ਸਾਡਾ ਬਹੁਤਾ ਪ੍ਰਚਾਰ ਤਾਂ ਲਾਲਿਆਂ ਨਹੀਂ ਕਰ ਦੇਣਾ ਪਰ ਇੱਥੇ ਇੱਕ ਗੱਲ ਹੈ ਕਿ 1984 ਮੌਕੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸਾਡੀ ਕੌਮ ਦੇ ਨੌਜਵਾਨ ਜਿਹਨਾਂ ਨੂੰ ਜਿੰਨੀ ਕੁ ਸਮਝ ਸੀ ਅਗਲਿਆਂ ਨੇ ਕਰਕੇ ਦਿਖਾਤਾ ਸਿੱਖਾਂ ਦੇ ਸਿਰ ਦੇ ਉੱਤੇ ਜਿਹੜੀ ਪੱਗ ਪੈਰਾਂ 'ਚ ਰੋਲ ਰਹੀ ਸੀ ਉਹ ਇੱਕ ਵਾਰੀ ਰੱਖ ਦਿੱਤੀ। ਉਸ ਮੌਕੇ ਸਭ ਤੋਂ ਕੁਛ ਗਲਤੀਆਂ ਵੀ ਹੋਈਆਂ ਹੋਣਗੀਆਂ ਪਰ ਉਹ ਦਿਲੋਂ ਕੋਈ ਸੋਚ ਕੇ ਗਲਤੀਆਂ ਨਹੀਂ ਕੀਤੀਆਂ ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਸਿੱਖ ਭਰਾ ਨੇ ਸਾਡੇ ਉਹ ਕੀੜੇ ਕੱਢਣ ਲੱਗੇ ਹੋਏ ਨੇ ਕਿ ਜੀ ਖਾੜਕੂ ਲਹਿਰ ਮੌਕੇ ਆਹ ਗਲਤ ਹੋ ਗਿਆ ਉਹ ਗਲਤ ਹੋ ਗਿਆ। ਦੇਖੋ ਆਲੋਚਨਾ ਕਰਨੀ ਜਾਂ ਅਸਾਰੂ ਆਲੋਚਨਾ ਜਾਂ ਕੋਈ ਗੱਲ ਇਹੋ ਜਿਹੀ ਲੱਭ ਕੇ ਲਿਆਉਣੀ ਵੀ ਜੇ ਆਪਾਂ ਉਦੋਂ ਐਂ ਕਰ ਲੈਂਦੇ ਉਹ ਤਾਂ ਗੱਲ ਹੋਰ ਆ ਪਰ ਭੰਡਣਾ ਨਿੰਦਣਾ ਗਾਲਾਂ ਕਢਵਾਉਣੀਆਂ ਇਹ ਗੱਲ ਬਹੁਤ ਮਾੜੀ ਹੈ। ਔਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੂਰਾ ਪ੍ਰੋਜੈਕਟ ਚਲਾਇਆ ਜਾ ਰਿਹਾ ਜਿਹਦੇ ਵਿੱਚ ਆਪਦੇ ਆਪ ਨੂੰ ਕੁਛ ਖਾਲਿਸਤਾਨੀ ਕਹਾਉਣ ਵਾਲੇ ਬੰਦੇ ਲੱਗੇ ਹੋਏ ਨੇ ਕਿ ਜੀ ਇਹ ਜਿਹੜਾ ਹੈਗਾ ਖਾੜਕੂ ਲਹਿਰ ਬੜੀ ਮਾੜੀ ਸੀ ਖਾੜਕੂ ਲੀਡਰ ਬੜੇ ਮਾੜੇ ਸੀ। ਸੱਚਾਈ ਇਹ ਆ ਕਿ ਉਹਨਾਂ ਦੇ ਆਪਦੇ ਹਿੱਤ ਸੀ ਆਪਦੇ ਰੌਲੇ ਸੀ ਉਹਨਾਂ ਦੀ ਤਕਲੀਫ ਤਾਂ ਇਹ ਆ ਕਿ 1991-92 ਦੇ ਵਿੱਚ ਸਾਡੀ ਸਰਕਾਰ ਨਹੀਂ ਬਣ ਦਿੱਤੀ ਖਾੜਕੂਆਂ ਨੇ ਬਾਈਕਾਟ ਕਰਤਾ ਪਰ ਉਹ ਪੂਰੀ ਖਾੜਕੂ ਲਹਿਰ ਨੂੰ ਮੰਨ ਲੈਂਦੇ ਆ ਕਿ ਖਾੜਕੂਆਂ ਦਾ ਫੈਸਲਾ ਉਹ ਗਲਤ ਸੀ ਪਰ ਉਹ ਪੂਰੀ ਖਾੜਕੂ ਲਹਿਰ ਨੂੰ ਸਵਾਲੀਆ ਨਿਸ਼ਾਨ ਲਾ ਕੇ ਅਸਲ ਵਿੱਚ ਇਤਿਹਾਸ ਨਾਲ ਧਰੋਕ ਮਾਰੇ
ਸੋ ਜਿਹੜੇ ਜਿਹੜੇ ਲੋਕ ਪੂਰੀ ਖਾਲਿਸਤਾਨੀ ਖਾੜਕੂ ਸੰਘਰਸ਼ ਨੂੰ ਨੀਵਾਂ ਦਿਖਾ ਰਹੇ ਨੇ, ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਇਹ ਕੰਮ ਤੁਸੀਂ ਕਰਕੇ ਪਤਾ ਨਹੀਂ ਖੁਸ਼ ਕਿਹਨੂੰ ਕਰਦੇ ਹੋ, ਪਰ ਉਸ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਨਾਲ ਤੁਸੀਂ ਗਦਾਰੀ ਕਰ ਰਹੇ। ਇਹ ਬੰਦਿਆਂ ਤੋਂ ਗਲਤੀਆਂ ਹੋਈਆਂ ਹੋਣਗੀਆਂ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਜਦੋਂ ਆਪਣਾ ਸਿੱਖਾਂ ਦਾ ਰਾਜ ਭਾਗ ਬਣਦਾ, ਜਦੋਂ 6 ਰਿਆਸਤਾਂ ਕਾਇਮ ਹੁੰਦੀਆਂ, ਇਹ ਸਾਰੇ ਸਮੇਂ ਦੌਰਾਨ ਸਿੱਖ ਲੀਡਰਾਂ ਤੋਂ ਗਲਤੀਆਂ ਨਹੀਂ ਹੋਈਆਂ ਹੋਣਗੀਆਂ। ਕਦੇ ਕਿਸੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੋਸ਼ੀ ਕਰਦਾਨਿਆ ਕਿ ਜੀ ਇਹਨੇ ਉੱਥੇ ਘੇਰੇ ਚ ਆਪਾਂ ਨੂੰ ਫਸਾਈ ਰੱਖਿਆ ਤੇ ਨਹੀਂ ਤਾਂ ਆਪਾਂ ਐਂ ਕਰ ਲੈਂਦੇ ਤੇ ਉਹ ਕਰ ਲੈਂਦੇ। ਕਦੇ ਕਿਸੇ ਨੇ ਛੋਟੇ ਘੱਲੂਘਾਰੇ ਜਾਂ ਵੱਡੇ ਘੱਲੂਘਾਰੇ ਮੌਕੇ ਦੇ ਜਰਨੈਲਾਂ ਨੂੰ ਨਿੰਦਿਆ ਭੰਡਿਆ, ਪਰ ਅੱਜ ਕਿਉਂਕਿ ਬੰਦੇ ਜਾਂਦੇ ਬੈਠੇ ਆ ਜਿਹਨਾਂ ਨੂੰ ਇਹ ਗੱਲ ਦੀ ਤਕਲੀਫ ਆ ਕਿ ਲੈ ਅਸੀਂ ਤਾਂ MLA ਬਣ ਜਾਣਾ ਸੀ, ਅਸੀਂ ਤਾਂ ਮੁੱਖ ਮੰਤਰੀ ਬਣ ਜਾਣਾ ਸੀ, ਉਹਨਾਂ ਨੇ ਬਸ ਇੱਕ ਪੂਰਾ ਮਿਸ਼ਰ ਫੜਿਆ ਹੋਇਆ ਕਿ ਖਾੜਕੂ ਨੂੰ ਗਾਲਾਂ ਕਢਾਉਣੀਆਂ ਨੇ। ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਸਾਡੀ ਕੌਮ ਦੀ ਜਿਹੜੀ ਨੌਜਵਾਨ ਪੀੜ੍ਹੀ ਇਸ ਮੌਕੇ ਸਿੱਖ ਸੰਘਰਸ਼ ਦੀਆਂ ਸਫਾਂ ਚ ਆ ਰਹੀ ਹੈ, ਉਹਨੂੰ ਖੁੱਲ ਕੇ ਖੇਡਣ ਦਈਏ। ਉਹਦੇ ਉੱਤੇ ਆਪਾਂ ਬੀਤੇ ਅੱਜ ਦੇ ਸਮੇਂ ਚ ਅੱਜ ਦੇ ਹਾਲਾਤ ਹੋਰ ਨੇ, ਅੱਜ 1984 ਵੀ ਨਹੀਂ ਹੈਗਾ, ਅੱਜ 1994 ਵੀ ਨਹੀਂ ਹੈਗਾ, 2004 ਵੀ ਹੈ ਨੀ, ਅੱਜ 2024 ਹੈ। 2024 ਦੇ ਇੰਟਰਨੈਸ਼ਨਲ ਹਾਲਾਤ ਕੀ ਨੇ, ਕੀ ਅੱਜ ਦੇ ਸਮੇਂ ਦੇ ਵਿੱਚ ਹਥਿਆਰਬੰਦ ਗਰੀਲਾ ਜੰਗ ਦਾ ਕੋਈ ਸਕੋਪ ਹੈ, ਕੀ ਅੱਜ ਰੈਫਰੈਂਡਮ ਵਾਲੀ ਗੱਲ ਸਾਨੂੰ ਪੁੱਗਦੀ ਹੈ, ਕੀ ਅਸੀਂ ਕੋਈ ਹੋਰ ਢੰਗ ਤਰੀਕਾ ਅਪਣਾਈਏ। ਅੱਜ ਦੇ ਹਾਲਾਤ ਅੱਜ ਦੇ ਨੌਜਵਾਨਾਂ ਨੇ ਦੇਖ ਕੇ ਉਸ ਹਿਸਾਬ ਨਾਲ ਪੰਥਕ ਜਾਂ ਖਾਲਿਸਤਾਨੀ ਸੰਘਰਸ਼ ਨਹੀਂ ਕਰਨੀ, ਪਰ ਸਾਡੇ ਵਿੱਚੋਂ ਜਿਹੜਾ ਕੀੜੇ ਕੰਢ ਮਹਿਕਮਾ ਉਹਨੇ ਕੰਮ ਨਹੀਂ ਇਹ ਬਣਿਆ ਹੋਇਆ ਵੀ ਸਿੱਖ ਨੌਜਵਾਨਾਂ ਨੂੰ ਆਪਦੇ ਵਾਲਾ ਗੰਦ ਪਿੰਡ ਚੁਕਾ ਕੇ ਵੀ ਲਓ ਜੀ ਤੁਸੀਂ ਫਲਾਨੇ ਨੂੰ ਗਾਲਾਂ ਕੱਢੋ, ਫਲਾਨੇ ਦੇ ਹੱਕ ਚ ਬੋਲੋ, ਫਲਾਨੇ ਦੇ। ਮੈਂ ਇਸ ਗੱਲ ਦੇ ਬਿਲਕੁਲ ਹੀ ਖਿਲਾਫ ਹਾਂ, ਮੈਂ ਹੱਥ ਬੰਨ ਕੇ ਬੇਨਤੀ ਕਰਦਾ ਕਿ ਆਪਾਂ ਬੀਤੇ ਦੌਰ ਦੇ ਬੰਦੇ ਆ ਜਿਹੜੇ ਉਹ ਜ਼ਿਆਦਾ ਚੰਗੀ ਕੋਈ ਰਾਇ ਦਈਏ ਨਵੇਂ ਬੱਚਿਆਂ ਨੂੰ, ਜੇ ਨਹੀਂ ਦੇ ਸਕਦੇ ਤਾਂ ਇਹਨਾਂ ਨੂੰ ਫ੍ਰੀ ਹੈਂਡ ਦਈਏ, ਇਹ ਆਪਦੇ ਹਿਸਾਬ ਨਾਲ ਫੈਸਲੇ ਕਰ ਲੈਣਗੇ। 1984 ਤੋਂ ਬਾਅਦ ਉਸ ਮੌਕੇ ਦੀ ਸਿੱਖ ਜੁਝਾਰੂ ਲੀਡਰਸ਼ਿਪ ਨੇ ਵੀ ਆਪਦੇ ਫੈਸਲੇ ਆਪ ਕੀਤੇ ਸੀ ਤੇ ਬਹੁਤੇ ਜ਼ਿਆਦਾ ਫੈਸਲੇ ਠੀਕ ਰਹੇ ਆ, ਵੈਦਿਆਂ ਨੂੰ ਮਾਰਨਾ, ਇਧਰਾਂ ਨੂੰ ਮਾਰਨਾ ਜਾਂ ਹੋਰ ਲੜਨ ਫਲੜ ਸੋਧੇ ਲਾਉਣੇ, ਬਿਲਕੁਲ ਇਤਿਹਾਸ ਦਾ ਮਾਣ ਹੈ। ਐਵੇਂ ਆਪਦੇ ਕਾਰਨਾ ਕਰਕੇ ਸਾਰੀ ਲਹਿਰ ਨੂੰ ਮਾੜਾ ਚੰਗਾ ਨਾ ਪਾਓ। ਇੰਡੀਅਨ ਸਟੇਟ ਦੇ ਸਤਾਏ ਹੋਏ ਸਿੱਖ ਜਿਹੜੇ ਹਥਿਆਰਬੰਦ ਸੰਘਰਸ਼ ਵਿੱਚ ਕੁੱਦੇ, ਜਿਨ੍ਹਾਂ ਨੇ ਪੰਥ ਲਈ ਤੇਗਾਂ ਮਾਰੀਆਂ, ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਜਦੋਂ ਇਹ ਕੁੱਤੇ ਭਕਾਈ ਆਪਣੀ ਸੁਣਦੇ ਆ ਜਿਹਦੇ ਵਿੱਚ ਆਪਾਂ ਖਾੜਕੂ ਲਹਿਰ ਨੂੰ ਨਿੰਦਦੇ ਭੰਡਦੇ ਹਾਂ, ਉਹਨਾਂ ਦੇ ਦਿਲ ਦੁਖੀ ਹੁੰਦੇ ਨੇ ਤੇ ਆਪਾਂ ਇਹ ਗੁਨਾਹ ਕਰਨ ਤੋਂ ਬਚੀਏ। ਖੈਰ ਜਿਹੜੀ ਗੱਲ ਹਿੰਦੂ ਕੱਟੜਪੰਥੀਆਂ ਦੀ ਆ ਉਹ ਇਹ ਆ ਕਿ ਜਿਹੜਾ ਲੁਧਿਆਣੇ ਵਾਲਾ ਗੋਰਾਗਾਰਾ ਜਿਹਾ ਸੀਗਾ ਉਹ ਘਰੇ ਪਹੁੰਚ ਗਿਆ, ਇੱਕ ਬੂਟਾ ਸਿੰਘ ਆ ਇੱਥੇ ਤੇ 5-6 ਹਜੇ ਹੋਰ ਆ ਗੁਰਸਿਮਰਨ ਮੰਡ ਜਾਂ ਹੋਰ। ਇਹ ਪਿਛਲੇ 5-10 ਸਾਲਾਂ ਤੋਂ ਭਾਰਤੀ ਸਟੇਟ ਨੇ ਇਸ ਕੰਮ ਤੇ ਲਾਏ ਹੋਏ ਨੇ ਵੀ ਸਿੱਖਾਂ ਨੂੰ ਤੁਸੀਂ ਗਾਲਾਂ ਕੱਢੋ ਭੜਕਾਓ, ਤੇ ਆਹ ਜਿਹੜਾ ਨਵਾਂ ਕਾਨੂੰਨ ਹੁਣ ਬਣਿਆ 1 ਜੁਲਾਈ ਤੋਂ, ਇਹਦੇ ਤਹਿਤ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਣ ਲਈ ਇਹਨਾਂ ਹਿੰਦੂ ਕੱਟੜਪੰਥੀਆਂ ਦੀ ਡਿਊਟੀ ਲਾ ਦਿੱਤੀ ਆ। ਇਹ ਬਹੁਤ ਭੜਕਾਹਟ ਭਰੇ ਬਿਆਨ ਦੇ ਰਹੇ ਨੇ। ਮੈਂ ਸਾਡੀ ਕੌਮ ਦੀ ਨੌਜਵਾਨੀ ਨੂੰ ਬੇਨਤੀ ਕਰਦਾ ਕਿ ਥੋੜਾ ਜਿਹਾ ਤਹੰਬਲ ਤੇ ਧੀਰਜ ਨਾਲ, ਕਿਉਂਕਿ ਅਗਲੇ ਟਰੈਪ ਲਾ ਰਹੇ ਨੇ, ਸਮਝੋ ਇਸ ਗੱਲ ਨੂੰ ਬਈ। ਆਹ ਜਿਹੜਾ ਇਹਨਾਂ ਨੇ ਐਲਾਨ ਕੀਤਾ ਹਿੰਦੂ ਤਵੀਆਂ ਨੇ ਕਿ ਅਸੀਂ ਜੀ 18 ਤਰੀਕ ਨੂੰ ਇੱਥੇ ਅੰਮ੍ਰਿਤਸਰ ਦੇ ਵਿੱਚ ਤੇ ਇਹ ਤੋਂ ਬਿਨਾਂ ਹੋਰ ਸ਼ਹਿਰਾਂ ਦੇ ਵਿੱਚ ਅਸੀਂ ਜਾਗੋ ਮਾਰਚ ਕੱਢਾਂਗੇ, ਅਸੀਂ ਜੀ ਜਾਗੋ ਕੱਢਣੀ। ਹੁਣ ਇਹ ਸਾਰੇ ਦੇ ਸਾਰੇ ਪਿੱਛੇ ਅਸਲੀ ਕੀ ਆ ਵੀ ਅਸੀਂ ਬਾਜ਼ਾਰ ਦੇ ਵਿੱਚ ਜਦੋਂ ਲੰਘ ਰਹੇ ਹੋਵਾਂਗੇ ਭੜਕਾਊ ਨਾਅਰੇ ਲਾਵਾਂਗੇ, ਜਿਵੇਂ ਇੱਥੇ ਅੰਮ੍ਰਿਤਸਰ ਦੇ ਵਿੱਚ ਜਦੋਂ ਪਵਿੱਤਰ ਸ਼ਹਿਰ ਦਰਜਾ ਕਰਾਰ ਦੇਣ ਦੀ 1981 ਚ ਮੂਵਮੈਂਟ ਚੱਲ ਰਹੀ ਸੀ, ਉਦੋਂ ਹਿੰਦੂ ਤਵੀਆਂ ਨੇ 31
ਤਰੀਕ ਨੂੰ 31 ਮਈ ਨੂੰ ਆਪਣਾ ਮਾਰਚ ਸੀਗਾ, ਪਰ ਉਹਨੇ 29 ਮਈ ਨੂੰ ਪਹਿਲਾਂ ਹੀ ਕੱਢ ਕੇ ਉਹਦੇ ਚ ਪੂਰਾ ਜਿਹੜੀ ਸੀ ਗੜਬੜ ਕਰਤੀ ਸੀ ਤੇ ਸਾਰਾ ਜਿਹੜਾ ਮੋਰਚਾ ਸੀ ਉਹਨੂੰ ਡੀਰੇਲ ਕਰਤਾ ਸੀ। ਤੋਂ ਅਸਲ ਵਿੱਚ ਪੰਜਾਬ ਦੀ ਧਰਤੀ ਉੱਤੇ ਹਿੰਸਾ ਦਾ ਨੰਗਾ ਨਾਚ, ਹਿੰਦੂ ਫਿਰਕਾ ਪ੍ਰਸਤੀ, ਤ੍ਰਿਸ਼ੂਲ ਲੈ ਕੇ ਇਹ ਸਾਰਾ ਕੁਝ ਕਰਨ ਕਰਾਉਣ ਦਾ ਜਿਹੜਾ ਪ੍ਰੋਜੈਕਟ ਚੱਲ ਰਿਹਾ, ਉਹਦਾ ਅਸਲੀ ਨਿਸ਼ਾਨਾ ਇਹ ਆ ਕਿ ਸਿੱਖ ਨੌਜਵਾਨੀ ਉੱਤੇ ਨਵੇਂ ਕਾਨੂੰਨਾਂ ਦੇ ਤਹਿਤ ਮੁਕੱਦਮੇ ਦਰਜ ਕਰਕੇ ਟੈਰਰ ਫੈਲਾਇਆ ਜਾਵੇ। ਪਹਿਲਾਂ UAPA ਸੀ, ਉਦੋਂ ਪਹਿਲਾਂ ਟਾਡਾ, ਫਿਰ ਕੋਟਾ, ਬੜਾ ਕੁਛ ਆਇਆ। ਵੈਸੇ ਲੜ ਰਹੀ ਕੌਮ ਦੇ ਉੱਤੇ ਕਾਨੂੰਨ ਜਿਹੜਾ ਨਵਾਂ ਮਰਜ਼ੀ ਲਿਆਓ, ਪੁਰਾਣਾ ਜਿਹੜਾ ਮਰਜ਼ੀ ਲਿਆਓ, ਜਿਨ੍ਹਾਂ ਨੇ ਕੌਮ ਲਈ ਕੁਛ ਕਰਨਾ ਹੁੰਦਾ ਉਹ ਕਰੀ ਜਾਂਦੇ ਹੁੰਦੇ, ਪਰ ਇਸ ਮੌਕੇ ਥੋੜਾ ਜਿਹਾ ਟ੍ਰੈਪ ਤੋਂ ਬਚ ਕੇ, ਜਾਣੀ ਕਿ ਇੱਕ ਹੁੰਦੀ ਆ ਸ਼ਹੀਦੀ, ਇੱਕ ਹੁੰਦੀ ਆ ਖੁਦਕੁਸ਼ੀ। ਸੋ ਆਪਣਾ ਸਿਰ ਰੇਲ ਦੀ ਲਾਈਨ ਤੇ ਰੱਖਣਾ, ਕੌਮ ਲਈ ਲੜਦੇ ਹੋਇਆ ਜੂਝਦੇ ਹੋਇਆ ਸ਼ਹਾਦਤ ਪਾਉਣੀ ਆ, ਇੰਨਾ ਕੁ ਖਿਆਲ ਸਾਨੂੰ ਜ਼ਰੂਰ ਹੋਣਾ ਚਾਹੀਦਾ। ਸੋ ਜਿਹੜਾ ਪੰਜਾਬ ਦੇ ਵਿੱਚ ਹਿੰਦੂ ਤਵੀਆਂ ਨੇ ਐਲਾਨ ਕੀਤਾ ਹੈ ਕਿ ਸਾਰੇ ਸ਼ਹਿਰਾਂ ਦੇ ਵਿੱਚ ਅਸੀਂ ਜਾਗੋ ਮਾਰਚ ਕੱਢਣੇ ਆ, ਇਹਦੇ ਬਾਰੇ ਕੌਮੀ ਤੌਰ ਦੇ ਉੱਤੇ ਕੋਈ ਸਾਂਝੀ ਰਣਨੀਤੀ ਬਣਾਉਣ ਦੀ ਲੋੜ ਆ। ਇੱਥੇ ਸਾਡੇ ਨੌਜਵਾਨ ਭੜਕ ਕੇ ਆਪਣੇ ਤੌਰ ਦੇ ਉੱਤੇ ਕੋਈ ਕਾਰਵਾਈ ਨਾ ਕਰਨ, ਜਿਵੇਂ ਤਜਿੰਦਰਪਾਲ ਟਿੰਮੇ ਉੱਤੇ ਮੁਕੱਦਮਾ ਬਣਿਆ, ਉਵੇਂ ਇਹਦੇ ਮੁਕੱਦਮੇ ਇੱਥੇ ਇਹ ਬਣਾਉਣ ਨੂੰ ਫਿਰਦੇ ਆ। ਚੰਗੀ ਗੱਲ ਇਹ ਹੈਗੀ ਆ ਕਿ ਭਾਰਤੀ ਹਕੂਮਤ ਦੇ ਕੱਲ ਪੁਰਜੇ ਬਣੇ ਹੋਏ ਜਿਹੜੇ ਇਹ ਇੰਡੀਅਨ ਸਟੇਟ ਦੇ ਦੁਮ ਛੱਲੇ ਆ, ਇਹ ਆਪਦੀਆਂ ਕਰਤੂਤਾਂ ਕਰਕੇ ਆਪ ਹੀ ਨੰਗੇ ਹੋਈ ਜਾਂਦੇ ਆ। ਆ ਸੁਧੀਰ ਸੂਰੀ ਜਿਹਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਬਹਿ ਕੇ ਲਗਾਤਾਰ ਸਿੱਖ ਜਜ਼ਬਾਤਾਂ ਤੇ ਲਾਗੂ ਲਾਇਆ, ਅੱਜ ਉਹਦੀ ਚਰਚਾ ਹੋ ਰਹੀ ਆ ਵੀ ਉਹ ਤਾਂ ਮਾਰਿਆ ਗਿਆ, ਉਹਦੇ ਦੋਨੇ ਮੁੰਡੇ ਆ ਜਿਹੜੇ ਇੱਥੇ ਉਹ ਸ਼ਹਿਰ ਦੇ ਵਪਾਰੀਆਂ ਤੋਂ ਧੱਕੇ ਨਾਲ ਹਫਤਾ ਵਸੂਲੀ ਕਰਦੇ ਸੀ, ਹੋਰ ਮਾੜੇ ਧੰਦੇ ਕਰਦੇ ਸੀ, ਲੱਖਾਂ ਰੁਪਈਏ ਧੱਕੇ ਨਾਲ ਲੋਕਾਂ ਤੋਂ ਲੈ ਕੇ ਬਲੈਕਮੇਲ ਕਰਕੇ ਉਹਨਾਂ ਤੇ ਮੁਕੱਦਮਾ ਬਣਿਆ, ਗ੍ਰਿਫਤਾਰੀਆਂ ਵੀ ਮੇਰੇ ਖਿਆਲ ਚ ਹੋ ਗਈਆਂ। ਤੋਂ ਦੋਨੇ ਮੁੰਡੇ ਸੁਧੀਰ ਸੂਰੀ ਦੇ ਜਿਹੜੇ ਨੇ ਉਹ ਇਸ ਮੌਕੇ ਪੂਰੀ ਚਰਚਾ ਚ ਆ, ਬੱਲੇ ਬੱਲੇ ਉਹਨਾਂ ਦੀ ਇਸ ਮੌਕੇ। ਤੋਂ ਮੇਰਾ ਇਹ ਕਹਿਣ ਦਾ ਭਾਵ ਹੈ ਕਿ ਆਪਾਂ ਕੌਮ ਦੀ ਲੜਾਈ ਨੂੰ ਧੀਰਜ ਨਾਲ, ਥਰੰਮੇ ਨਾਲ ਅੱਗੇ ਵਧਾਉਣਾ, ਹਰ ਪਲ ਇਸ ਗੱਲ ਦਾ ਖਿਆਲ ਰੱਖਣਾ ਕਿ ਦੁਸ਼ਮਣ ਜਿਹੜਾ ਹੈ, ਦੁਸ਼ਮਣ ਬਾਤ ਕਰੇ ਅਣਹੋਣੀ, ਜੇ ਦਾਨਾ ਦੁਸ਼ਮਣ ਹੋਵੇ ਉਹਦੇ ਨਾਲ ਲੜਨ ਦਾ ਸਵਾਦ ਆਉਂਦਾ। ਸਾਡਾ ਦੁਸ਼ਮਣ ਤਾਂ ਕਮੀਨਾ ਹੈ, ਜਿੱਤੇ ਆ ਨਾ ਚਾਣਕਿਆ ਨੀਤੀ ਵਾਲੀ ਕਹਾਣੀ ਕਿ ਉਹ ਬੂਟੇ ਨੂੰ ਪਾਣੀ ਪਾਇਆ ਕਰੇ, ਨਾਲ ਦੇ ਸੋਚਣ ਵੀ ਇਹਦੀ ਝਾੜੀ ਜਿਹੜੀ ਸੀ ਇਸ ਬੂਟੇ ਦੇ ਕੰਡਿਆਲੇ ਕੰਡਿਆਂ ਨੇ ਇਹਦੀ ਧੋਤੀ ਪਾੜ ਦੇਣੀ ਸੀ, ਇਹਨੂੰ ਨਿੱਤ ਪਾਣੀ ਪਾਉਂਦਾ। ਫਿਰ ਕਹਿੰਦੇ ਉਹਨੇ ਇੱਕ ਦਿਨ ਪੱਟਤੀ, ਉਹ ਕਹਿੰਦਾ ਮੈਂ ਤਾਂ ਇਹਦੀਆਂ ਜੜਾਂ ਪੋਲੀਆਂ ਕਰਦਾ ਸੀ। ਸੋ ਜਦੋਂ ਹਿੰਦੂ ਤਵੀਏ ਸਭ ਤੋਂ ਮਾਸੂਮ ਦਿਖਦੇ ਹੋਣ, ਜਦੋਂ ਹਿੰਦੂ ਤਵੀਏ ਬਹੁਤ ਭੋਲੇ ਜੇ ਤੇ ਬੀਬੇ ਜੇ ਦਿਖਦੇ ਹੋਣ, ਉਦੋਂ ਸਭ ਤੋਂ ਖਤਰਨਾਕ ਅਟੈਕ ਉਹ ਕਰ ਰਹੇ ਹੁੰਦੇ ਨੇ, ਉਹ ਤੁਹਾਡੀਆਂ ਜੜਾਂ ਨੂੰ ਪਾਣੀ ਪਾ ਰਹੇ ਹੁੰਦੇ। ਸੋ ਹਰ ਪਲ ਸੁਚੇਤ ਰਹਿਣ ਦੀ ਲੋੜ ਆ। ਸਾਡੇ ਭਾਈਚਾਰੇ ਦੇ ਵਿੱਚ ਪੰਪ ਮਾਰੂ ਮਹਿਕਮਾ ਜਿਹੜੇ ਚਾਹੁੰਦੇ ਆ ਵੀ ਭਗਤ ਸਿੰਘ ਜੰਮੇ ਜ਼ਰੂਰ ਪਰ ਗੁਆਂਢੀਆਂ ਦੇ ਜੰਮੇ, ਉਹ ਵੀ ਬੜੇ ਸਰਗਰਮ ਨੇ, ਉਹਨਾਂ ਤੋਂ ਵੀ ਸੁਚੇਤ ਰਹੋ। ਸਾਨੂੰ ਸਾਡੀ ਕੌਮ ਦੀ ਨੌਜਵਾਨੀ ਨੂੰ ਅੱਜ ਦੇ ਸੰਦਰਭ ਵਿੱਚ ਤਿਆਰ ਕਰਨਾ ਪਏ। 1984 ਮੌਕੇ ਜਿਵੇਂ ਉਹੋ ਜਿਹੇ ਹਾਲਾਤ ਸੀ ਅਸੀਂ ਉਵੇਂ ਲੜੇ, 1994 ਤੋਂ ਬਾਅਦ ਸਾਡੀ ਕੌਮ ਦੇ ਹਾਲਾਤ ਕੁਛ ਹੋਰ ਸੀ, ਅੱਜ ਸਾਡੇ ਹਾਲਾਤ ਜਿਹੜੇ ਨੇ ਇੰਟਰਨੈਸ਼ਨਲ ਲੈਵਲ ਤੇ ਸਾਡੀ ਲੜਾਈ ਚਲੀ ਗਈ ਹੈ। ਹਰ ਮੁਲਕ ਦੇ ਵਿੱਚ ਸਾਨੂੰ ਸਾਡੇ ਸਿੱਖ ਚਿਹਰੇ ਉਭਾਰਨੇ ਪਾਉਣਗੇ, ਨੈਰੇਟਿਵ ਸਿਰਜਣਾ ਪਊ। ਇੰਡੀਆ ਅਤੇ ਹਿੰਦੂ ਤਵੀ ਏਜੰਡੇ ਦੇ ਸਾਹਮਣੇ ਸਿੱਖ ਏਜੰਡਾ ਜਿਹੜਾ ਹੈਗਾ ਉਹ ਲੈ ਕੇ ਆਉਣਾ ਪਊ। ਬੇਸ਼ੱਕ ਸਾਡੀ ਕੌਮ ਦੇ ਅੰਦਰ ਗਦਾਰਾਂ ਦਾ, ਵਕਾਊ ਲੋਕਾਂ ਦਾ ਤੇ ਭਾਰਤ ਮਾਤਾ ਦੇ ਲਾਡਲਿਆਂ ਦਾ ਕੋਈ ਤੋਟਾ ਨਹੀਂ, ਬੜੀ ਦੁਨੀਆਂ ਤੁਰੀ ਫਿਰਦੀ ਹੈ, ਪਰ ਸਾਡਾ ਜਿਹੜਾ ਫਰਜ਼ ਬਣਦਾ ਉਹ ਇਹੀ ਆ ਕਿ ਖਾਲਿਸਤਾਨ ਦੇ ਝੰਡੇ ਝਲਾਈਏ,
ਪੰਥ ਨੂੰ ਸਮਰਪਿਤ ਹੋ ਕੇ ਜੰਗ ਅੱਗੇ ਲੈ ਕੇ ਜਾਈਏ। ਭਾਈ ਗਜਿੰਦਰ ਸਿੰਘ ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਸਾਡੇ ਕੋਲੇ ਹੋਰ ਬੜੇ ਮੌਜੂਦ ਨੇ, ਇਹਨਾਂ ਨੂੰ ਚਲਾਣੇ ਕਰ ਜਾਣ ਤੋਂ ਬਾਅਦ ਸ਼ਰਧਾ ਦੇ ਫੁੱਲ ਭੇਟ ਕਰਨ ਤੱਕ ਨਾ ਰਹਿ ਜਾ ਕਰੀਏ, ਇਹਨਾਂ ਨੂੰ ਜਿਉਂਦੇ ਜੀ ਦੀ ਕਦਰ ਕਰਿਆ ਕਰੀਏ। ਪੰਜਾਬ ਦੇ ਵਿੱਚ ਇੱਥੇ ਭਾਈ ਦਲਜੀਤ ਸਿੰਘ ਬਿੱਟੂ, ਭਾਈ ਲਾਲ ਸਿੰਘ, ਭਾਈ ਕੁਲਵੀਰ ਸਿੰਘ ਬੜਾ ਪਿੰਡ, ਜਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਹਰਨੇਕ ਸਿੰਘ ਭੱਪ, ਬੜੇ ਬੇਅੰਤ ਜੁਝਾਰੂ ਲਹਿਰ ਦੇ ਵਿੱਚ ਸਤਿਕਾਰੇ ਹੋਏ ਸਾਡੇ ਭਰਾ ਨੇ, ਵਿਦੇਸ਼ਾਂ ਚ ਬੜੇ ਨੇ, ਪਾਕਿਸਤਾਨ ਚ ਵੀ ਨੇ, ਇਹਨਾਂ ਸਾਰਿਆਂ ਦੇ ਵੱਲ ਖੜੀਏ, ਜਿਉਂਦੇ ਜੀ ਖੜੀਏ। ਇਹਨਾਂ ਦੇ ਚਲਾਣੇ ਕਰ ਜਾਣ ਤੋਂ ਬਾਅਦ ਖੰਭੇ ਜਿੱਡੇ ਜਿੱਡੇ ਲੇਖ ਲਿਖਣ ਦਾ ਕੋਈ ਫਾਇਦਾ ਨਹੀਂ, ਇਹਨਾਂ ਨੂੰ ਇਹਨਾਂ ਦੇ ਹੁੰਦਿਆਂ ਪਿਆਰ ਸਤਿਕਾਰ ਦਿਆ ਕਰੀਏ। ਸੋ ਇੱਥੇ ਹੀ ਸਮਾਪਤੀ ਆ, ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।